Hello, everybody, how's everybody doing? Welcome back to another episode of Growing with Arjun, sponsored by Flyers Travels and co sponsored by Indian Bistro. Today's guest is very glamorous, very amazing, my dear friend Jesse, Glam Glow by Jesse. One of the Instagram page. But straight a straight podcast because a lot of makeup. We're going to go in the podcast in 3, 2, and 1. Hello, everybody. How's everybody doing? Welcome to another episode of Growing with Urgent, sponsored by Flyers Travels, co-sponsored by Indian Bistro. And today's guest is very glamorous, very beautiful, very amazing. Jaspreet Kaur. It's a drum roll <laughs> Thank you, thank you. How's it going, Jaspreet? ਬਾਤੀ ਬਦਿਆ ਤੇ ਜੈਸੀ ਬੁਲਾ ਲਾ ਹਾਂਜੀ ਹਾਂਜੀ ਜੈਸੀ ਬੁਲਾ ਲਓ I mean ਮੈਂ ਉਹ ਟੂ ਕੈਮਰੇਜ ਦੇ ਕੇ ਕਹਿਣਾ ਚਾਹਣਾ ਕਿ ਇਹ ਗੈਸਟ ਨਿਗੇ ਸੀ ਇਸ ਅ ਵੈਰੀ ਗੁੱਡ ਫਰੈਂਡ ਆਫ ਮਾਈਨ ਸੋ ਵੀ ਕਾਲਰ ਜੈਸੀ ਤੇ ਤੁਹਾਡਾ ਜਿਹੜਾ ਪੇਜ ਹੈਗਾ ਇਟਸ ਕਾਲਡ ਗਲੈਮ ਗਲੋ ਬਾਈ ਜੈਸੀ ਹਾਂਜੀ ਡਿਡ ਯੂ ਲੁੱਕ ਇਟ ਅਪ ਡਿਡ ਯੂ ਲਾਈਕ ਸੀ ਕੋਈ ਹੋਰ ਇਦਾਂ ਕਰ ਰਿਆ ਸੀਗਾ ਕਿ ਹਾਊ ਹਾਊ ਡਿਡ ਹੀ ਕਮ ਟੂ ਯੂ ਕੁਝ ਆਰਟਿਸਟ ਦੇਖੇ ਸੀਗੇ ਮੈਂ ਕਿਉਂਕਿ ਮੈਂ ਨਾਮ ਲੱਭਦੀ ਪਈ ਸੀ ਆਪਣੇ ਇੰਸਟਾਗ੍ਰam ਦੇ ਵਾਸਤੇ ਪਹਿਲਾਂ ਮੈਂ ਰੱਖਿਆ ਸੀ ਕੁਝ ਮੈਂ ਤੋ ਯਾਦ ਨਹੀਂ ਹੈਗਾ ਕਿ ਰੱਖਿਆ ਸੀ ਪਰ ਮੈਂ ਕੁਝ ਆਰਟੀਸਟ ਦੇ ਨਾਮ ਪੇਜ ਦੇਖੇ ਤੇ ਮੈਂ ਕਿ ਕੁਝ ਇਦਰਾ সিমਲਰ ਰੱਖਾਂ ਕਿ ਜਿਹੜਾ ਈਜ਼ੀ ਵੀ ਰਵੇ ਹਨਾ ਕਿ ਤੁਹਾਨੂੰ ਕੋਈ ਰੀਚਰਚ ਕਰੇ ਤਾਂ ਈਜ਼ੀ ਤੁਹਾਨੂੰ ਯਾਦ ਰਵੇ ਬੋਲਣ ਵਾਸਤੇ ਵੀ ਦੱਸਣ ਵਾਸਤੇ ਵੀ ਨਹੀਂ ਨਾ ਗੁੱਡ ਗਲੈਮ ਗਲੋ ਬਾਈ ਜੈਕੋ ਗਲੈਮ ਗਲੋ ਸਮਥਿੰਗ ਯੂ ਨੋ ਗਲੈਮ ਤੇ ਹੈਗਾ ਹੀ ਹੈਗਾ ਯਾ ਮੇਕਅਪ ਕਰਨਾ ਜਾਂ ਤਾਂ ਗਲੈਮ ਬੰਚੰਦਾ ਗਲੋ ਵੀ ਪਿਚੀ ਆਂਦਾ ਐ ਸੋ ਐਸਾ ਲਾਈਕ ਗਲੈਮ ਗਲੋ ਬਾਈ ਜੈਸੀ ਤੇ ਇਹੇ ਸ਼ੁਰੂ ਤੋਂ ਹੀ ਸੀਗਾ ਸ਼ੌਂਕ ਲਾਈਕ ਸਿੰਸ ਯੂ ਵੇਰ ਲਾਈਕ ਕਾਪਾ ਇਤਨਾ ਨਹੀਂ ਕੈ ਮੈਂ ਇਤਨਾ ਨਹੀਂ ਕਹਾਂਗੀ ਕਿ ਛੋਟੇ ਹੁੰਦੇ ਪਰ ਹਾਈ ਸਕੂਲ ਦੇ ਟਾਈਮ ਤੇ ਵਿੱਚ ਕਹ ਲੋ ਕਿ ਮੇਕਅਪ ਦਾ ਥੋੜਾ ਜਿਹਾ ਸ਼ੌਂਕ ਸ਼ੁਰੂ ਹੋ ਗਿਆ ਹਾਂ ਜੀ ਫੁੱਸਰ ਕੀ ਬਿੰਦੀ ਦਾ ਪਤਾ ਲੱਗਿਆ ਕਿ ਬਿੰਦੀ ਮੰਮੀ ਨੂੰ ਦੇਖਿਆ ਆਪਣੀ ਚਾਚੀਆਂ ਨੂੰ ਤਾਈਆਂ ਨੂੰ ਉਹਨਾਂ ਨੂੰ ਦੇਖਿਆ ਸਜਦੇ ਹੋਏ ਫਿਰ ਉਹਨਾਂ ਤੋਂ ਹੀ ਦੇਖ ਕੇ ਮੈਨੂੰ ਵੀ ਹੋਇਆ ਕਿ ਹੈ ਨਾ ਅਸੀਂ ਨਾ ਡੀ ਜੇ ਵਾਇਰਸ ਜਿਹੜੇ ਹੈਗੇ ਉਹਨਾਂ ਨੇ ਪੋਡਕਾਸਟ ਕਰ ਰਹੇ ਸੀਗੇ ਐਂਡ ਦੈਨ ਹੀ ਐਕਸਪਲੇਨਡ ਇਟ ਵੈਰੀ ਬਿਊਟੀਫੁਲੀ ਉਹ ਕਹਿੰਦੇ ਕਿ ਵਿਆਹ ਜਿਹੜਾ ਹੁੰਦਾ ਨਾ ਉਹ ਜਨਾਨੀਆਂ ਦਾ ਹੀ ਹੁੰਦਾ ਬੰਦੇ ਨੇ ਸਾਡੇ ਵਰਗਿਆਂ ਨੇ ਕੀ ਕਰਨਾ ਖਾਣਾ ਸ਼ਰਾਬ ਪੀਣੀ ਵਾਪਸ ਆ ਜਾਣਾ ਸਾਡਾ ਤਾਂ ਇੱਕ ਇੱਕ ਕਰਕੇ ਕਪੜਾ ਲੈਣ ਡਿਆ ਹੁੰਦਾ ਜਦ ਜਦ ਗਾਣੇ ਵਜਦੇ ਰਹਿੰਦੇ ਜੈਕਟ ਫਟਾਈ ਆ ਜਾਂਦੀ ਹੈ ਕੋਈ ਸੜ ਜਾਂਦਾ ਬਟ ਮਤਲਬ ਬੇਸਿਕਲੀ ਕਿ ਜਨਨੀਆਂ ਦਾ ਹੀ ਹੁੰਦਾ ਬੇਸਿਕਲੀ ਕਿ ਮੇਕਅਪ ਹੋ ਗਿਆ ਸੂਟ ਹੋ ਗਏ ਸਭ ਕੁਝ ਹੋ ਗਿਆ ਮਹਿੰਗੀ ਤੋਂ ਲੈ ਕੇ ਤੁਰਕੀ ਬਿੰਦੀ ਚਾਂਦਰਾ ਉਹ ਪੰਜਾਬੀ ਵਾਲਾ ਸਟਾਈਲ ਜੋ ਹੁੰਦਾ ਆਪਣਾ ਪੰਜਾਬੀ ਮਟਿਆਰਾਂ ਦਾ ਉਹ ਮੈਨੂੰ

you have different tangents you working on so you're not just working on bridal tusi like artistic projects vi karan jivein last wala main dekheya sega what was that about oh tanu ke kida melya oh inspire kallo heram mandi to dekh ke hoya si heram mandi to apne kallo ki purani british time te vich jedi ladies hundiyan si giyan oh saari da jara concept dikhaya gaya ki us time te bina blouse ton ji concept si ga saariyan da kyunki blouse chalo british aaye us to baad shuru hoya si ji ਤੋ ਥੋੜਾ ਕਨਸੈਪਟ ਸਾਡੇ ਜਿਹੜੀ ਟੀਮ ਸੀ ਬਣਾਈ ਤੋ ਉਹਨਾਂ ਦਾ ਇਹ ਸੀ ਕਿ ਅਸੀਂ ਇਦਾਂ ਦਾ ਯੂ نو ਸ਼ੂਟ ਕਰਾਂਗੇ ਲਾਈਕ ਪ੍ਰਾਣਾ ਸਟਾਈਲ ਪਰ ਵਿਦ ਅ ਮੋਡਰਨ ਲੁੱਕ ਸੋ ਕੈਸ ਆਪ ਦੇਖੀ ਹਾਂਜੀ ਡੂ ਯੂ ਡੂ ਡੂ ਯੂ ਗੈਟ ਕੰਪਨਸੇਟਿਡ ਵੈਲ ਇਨ ਕਿਉਂਕਿ ਜਿਹੜੀ ਪ੍ਰਾਈਵੇਟ ਵੈਡਿੰਗਸ ਹੁੰਦੀਆਂ ਨੇ ਹਾਂਜੀ ਉਹ ਜਿੱਦਾਂ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣਾ ਪ੍ਰਾਈਵੇਟ ਵੈਡਿੰਗ ਜ਼ੀਰੋ ਕਰਦੇ ਹਾਂ ਢੋਲ ਵਜਾਉਂਦੇ ਹਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਜ਼ਿਆਦਾ ਪੈਸੇ ਮਿਲਦੇ ਬਿਕੋਜ਼ ਇਟ ਬੇਸਿਕਲੀ ਲਾਵਿਸ਼ ਹਾਂਜੀ ਐਨੀਥਿੰਗ ਯੂ ਵਾਂਟ ਟੂ ਡੂ ਆਰਟਿਸਟਿਕ ਮੇਰਾ ਕੋਈ ਕਲੱਬ ਇਵੈਂਟ ਹੁੰਦਾ ਕਦੀ ਕੁਝ ਹੁੰਦਾ ਹੈ ਸੋ ਉਹਦੇ ਵਿੱਚ ਕੀ ਹੁੰਦਾ ਕਿ ਪੈਸੇ ਘੱਟ ਮਿਲਦੇ ਲਾਈਕ ਨਾ ਨਾ ਮਾਤਰੀ ਮਿਲਦੇ ਬਟ देयर ਇਸ ਸਮ ਕਾਈਂਡ ਆਫ ਰੈਕਗਨੀਸ਼ਨ ਰਾਈਟ ਸੋ ਇਜ਼ ਥਿਸ ਦ ਕੇਸ ਵਿਦ ਮੇਕਅਪ ਟੂ অর ਨੋ ਇਤਾਂ ਹੈਗਾ ਯਾ ਹਾਂਜੀ ਕਿਉਂਕਿ ਜਦੋਂ ਤੁਸੀਂ ਮੈਂ ਆਪਣਾ ਰਾਈਟ ਪ੍ਰਾਈਸ ਦੱਸਦੀ ਆ ਨਾ ਕਲਾਇੰਟਸ ਨੂੰ ਹਾਂਜੀ ਉਹ ਫੇਰ ਦੂਜੀ ਵਾਰੀ ਕੌਂਟੈਕਟ ਨਹੀਂ ਕਰਦੇ ਜਿਹੜੇ ਰੀਅਲ ਵਿੱਚ ਇਨਕੁਆਰੀ ਕਰਦੇ ਕਹ ਲੋ ਹਨਾ ਉਹਨਾਂ ਦਾ ٹرسٹ ਬਣਦਾ ਆ ਜਿਹੜੇ ਖਾਸ ਕਰਕੇ ਬ੍ਰਾਈਡਸ ਦੇ ਵਿੱਚ ਆਉਂਦੇ ਆ ਜੀ ਤੇ ਫੈਮਿਲੀ ਫੰਕਸ਼ਨਸ ਆ ਗਏ ਆ ਜਿਨ੍ਹਾਂ ਨੇ ਸੱਚੀ ਵਿੱਚ ਕਰਵਾਉਣਾ ਹੈਗਾ ਉਹ ਫਿਰ ਨਾ ਵਿਲਿੰਗ ਟੂ ਪੇ ਹੈ ਨਾ ਪਰ ਜਦੋਂ ਸ਼ੂਟਸ ਹੁੰਦੇ ਆ ਸ਼ੂਟਸ ਦਾ ਕਹ ਲੋ ਕਿ ਕੋਲੈਬੋਰੇਸ਼ਨ ਹੁੰਦੀ ਹੈ ਜ਼ਿਆਦਾਤਰ ਅਸੀਂ ਜਦੋਂ ਫੇਕ ਫੋਟੋਗ੍ਰਾਫਰਸ ਹੋ ਗਏ ਸਟਾਈਲਿਸਟ ਹੋ ਗਏ ਡਿਜ਼ਾਈਨਰਸ ਕੱਪੜੇ ਹੋ ਗਏ ਬੇਚਾ ਨਾ ਤਾਂ ਉਹਨਾਂ ਨਾਲ ਕੋਲੈਬਸ ਹੋ ਜਾਂਦੇ ਆ ਜਿਹੜੇ ਮੇਰੇ ਕਲਾਇੰਟ ਖੁਦ ਦੇ ਜਿੱਦਾਂ ਮੈਂ ਜਿਨ੍ਹਾਂ ਦਾ ਮੇਕਅਪ ਕਰਦੀ ਆ ਸੋ ਦੈਟਸ ਅ ਪੇਡ ਵੈਲ ਜੌਬ ਨੋ ਬਟ ਵਾਟ ਮਾਈ ਕੁਐਸਚਨ ਇਜ਼ ਕਿ when you're not getting paid hmm. what is your motivation to actually go and work and put your 100% out ਮੈਂ ਸ਼ੁਰੂਆਤ ਵਿੱਚ ਐਕਚੁਅਲੀ ਇੰਧਰ ਆ ਕੰਮ ਕੀਤਾ ਸੀ ਆ ਵਾਸ ਡੂਇੰਗ ਫਰੀ ਕੋਲਾਬੋਰੇਸ਼ਨਸ ওকে ਆ ਮੇ ਛੋਟੇ ਜਿਹੇ ਆਪਣੀ ਸਮਾਲ ਔਮਨਸ ਸਟੋਰਸ ਹੈਗੇ ਆ ਬੁਟੀਕਸ ਹੈਗੇ ਆ ਉਹਨਾਂ ਨਾਲ ਦਿਨ ਚਾਰ ਕੋਲਾਬੋਰੇਸ਼ਨਸ ਕੀਤੇ ਆ ਜਿੱਥੇ ਮੈਂ ਫਰੀ ਵਿੱਚ ਹੀ ਕੰਮ ਕੀਤਾ ਐ ਕੰਮ ਕੀਤਾ ਐਂਡ ਇਟਸ ਯੂਅਰ ਪ੍ਰੋਡਕਟ ਰਾਈਟ ਹਾਂ ਜੀ ਮੇਰਾ ਪ੍ਰੋਡਕਟ ਮੇਰਾ ਟਾਈਮ ਸਾਰਾ ਕੁਝ ਉਹ ਵਿੱਚ ਵੀ ਪੂਰਾ ਪੂਰਾ ਦਿਨ ਲੱਗ ਜਾਂਦਾ ਆ ਤੁਸੀਂ ਖੜੇ ਖੜੇ ਪੈਰਾਂ ਤੇ ਆਪਣੇ ਨਾ ਬੇਸਿਕਲੀ ਕੰਮ ਕਰ ਰਹੇ ਹੋ ਤੁਹਾਡੀ ਬੈਕ ਟੁੱਟ ਜਾਂਦੀ ਹੈ ਖੜੇ ਖੜੇ ਹੋ ਕੇ ਨਹੀਂ ਹੁੰਦਾ ਹੈ ਮਤਲਬ ਕਿ ਕੰਮ ਕਰਨਾ ਨਾ ਕਿ ਚੇਅਰਸ 깔ੋ ਕਿ ਇੱਥੇ ਲੈਵਲ ਦੀਆਂ ਆ ਉਹ ਫਿਰ''ਲੇ ਨੂੰ ਬੰਡ ਕਰਕੇ ਬੈਕ ਦੀ ਐਟ ਦੀ ਐਂਡ ਨਾ ਬੰਡ ਬੱਜ ਜਾਂਦੀ ਆ ਨਹੀਂ ਬੜਾ ਔਖਾ ਮੈਂ ਤੁਹਾਨੂੰ ਦੱਸਾਂ ਕਈ ਕਲੱਬ ਇਵੈਂਟਸ ਹੁੰਦੇ ਆ ਕਈ ਆਪਾਂ ਥੀਏਟਰ ਕਰਦੇ ਆ ਪਿੱਛੇ ਜੇ ਮੈਂ ਫਿਲਮ ਵੀ ਕੀਤੀ ਓਤੇ ਵਿੱਚ ਉਹ ਮੇਕਅਪ ਕਰਦੇ ਮੇਕਅਪ ਆਰਟਿਸਟ ਬੜਾ ਔਖਾ ਕੰਮ ਆ ਯਾਰ ਲਾਈਕ ਵੋ ਜਸ ਸਿਟਿੰਗ ਓਨ ਅ ਚੇਅਰਸ ਐਂਡ ਉਹ ਇਕਦਮੀ ਖੋਬ ਕੱਢ ਕੇ ਤੁਸੀਂ ਜਿਸ ਲੱਗੇ 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 ਮਿਲਦਾ ਹੈ ਤੁਹਾਡੀ ਤਾਂ ਕਿਹੜੀ ਹਾਂਜੀ ਕਿਉਂਕਿ ਮੇਕਅਪ ਜਿਹੜਾ ਹੈ ਉਹ ਇੱਕ process ਦਾ ਹੈ ਨੀਗਾ ਨਾ ਤੁਸੀਂ ਇੱਕ ਤਾਂ ਸ਼ੁਰੂ ਕਰਦੇ ਹੋ ਸੌ ਵਿੱਚ ਆਉਂਦੇ ਆ ਤੇ ਉਹ ਕਰਦੇ ਕਰਦੇ ਤੁਹਾਡੀ ਐਬੀਵਲੀ ਥਾ ਲਾਈਕ ਯੂ نو ਖੁਦ ਦੀ ਸਰੀਰ ਦਾ ਜਿਹੜਾ ਨਾ ਉਹ ਥੈਰੇਪੀਸਟ ਨੂੰ ਮਿਲ ਲੱਗ ਪੈਂਦਾ ਨਹੀਂ ਨਹੀਂ ਸਹੀ ਹੈ ਮੈਨੂੰ ਵੀ ਚਾਹੀਦੀ ਚਾਹੀਦੀ ਹੈ نو ਕੈਨ ਯੂ ਐਕਸਪਲੇਨ I mean I'm pretty sure any woman who's watching just knows but for guys that are like लाइक व्हाट डू यू कॉल इट मेकअप मेकअप इकली डम लाइक यू नहीं पता मेकअप की होता व्हाट इट इज लाइक व्हाट्स द बेसिक लाइक कि तुसी तो जे किसे नु कॉम्प्लीमेंट भी करना होवे हाँ कि की हुंदा की है सो ओके यू जस्ट देयर इज अ ड्राई फेस तो ही ना लें ता फेस सीधा हो गया नाउ व्हाट्स आफ्टर लाइक अ बेसिक मेकअप ओ अपन हैं कि फर्स्ट स्टेप हैगा अपना तो बात है ना अपन कोई भी मॉइस्चराइजर लगाने राइट पहला तो आप क्लेंस कर दी अपनी स्किन है ना जो अपनी रेड स्किन है की ना आपस ਕਲੀਨ ਕਰਦੇ ਆ ਉਸ ਤੋਂ ਬਾਅਦ ਆਪਾਂ ਮੋਇਸਚਰਾਈਜ਼ਰ ਅਪਲਾਈ ਕਰਦੇ ਆ ਫਿਰ ਆਪ ਐਸਪੀਐਫ ਜੋ ਕਿ ਸਨਸਕ੍ਰੀਨ ਹੈ ਐਂਡ ਹਾਸ ਟੂ ਬੀ 30 ਪਲੱਸ ਰਾਈਟ ਉਹ ਵੀ ਜਸਪੀਆ ਫੋਣੀ ਚਾਹੀਦੀ ਆ ਜੁਰਤਾ ਇਸ ਕੇਮ ਦੇ ਉੱਪਰ ਸਹੀ ਤਰ੍ਹਾਂ ਬੈਠੇ ਯੂ ਨੋ ਟੋਪੇ ਵਿੱਚ ਕੰਮ ਕਰਨਾ ਹੈ ਬਾਹਰ ਜਾਣਾ ਤੇ ਬੜੀ ਸਕੇ ਨਾ ਬਣ ਹੋਵੇ ਸੋ ਮੈਂ ਤਾਂ ਤਿੰਨ ਚੀਜਾਂ ਹੈਆਂ ਜਿਹੜੀਆਂ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਕੀ ਹਾਂਜੀ ਤੁਸੀਂ ਅਪਲਾਈ ਕਰੋ ਆਪਣੀ ਸਕਿਨ ਦੇ ਉੱਤੇ ਬਹੁਤੀ ਵਾਰੀ ਹੁੰਦਾ ਕਿ ਅਸੀਂ ਨਹੀਂ ਕਰਦੇ ਡੇਲੀ ਵਿੱਚ ਆਪਾਂ ਇਹਨੇ 올ਡਰ ਜਾਣਦੇ ਹਾਂ ਕਿ ਆ ਚੀਜ਼ਾਂ ਨੂੰ ਨਾ ਭੁੱਲ ਜਾਂਦੇ ਹਾਂ ਪਰ ਆਪ ਆਪਣੀ ਸੇ ਦਾ ਆਪਣੀ ਸਕਿਨ ਦਾ ਟੇਕ ਕੇਅਰ ਨਹੀਂ ਕਰਦੇ ਫਿਰ ਬਾਅਦ ਚੋ ਸਕਿਨ ਵੀ ਇੱਕਲੋ ਕੀ

ਕੁੜੀਆਂ ਤੇ ਕੁੜੀਆਂ ਕਿਉਂਕਿ ਬੇਸਿਕਲੀ ਸਾਡੇ ਜੋ ਦੱਸਿਆ ਜਾਂਦਾ ਕਿ ਸਕਿਨ ਰੁਟੀਨ ਇਸ ਓਨਲੀ ਫॉर ਗਰਲਸ ਯੂ ਨੋ ਸ਼ੇਰ ਤਾਂ ਨਾਤੇ ਤੋਂ ਹੁੰਦੇ ਕਹਿੰਦੇ ਆ ਜਾਂਦੇ ਨਾਤੇ ਤੋਂ ਤਾਂ ਤੇ ਤਾਂ ਹੁੰਦੇ ਹੀ ਹੈ ਬਟ ਨਹੀਂ ਉਹ ਅਜੇ ਦਾ ਕੁਝ ਨਹੀਂ ਕਹਿੰਦਾ ਪਰ ਸਿンス ਹੀ ਇਸ ਗੋਇੰਗ ਥਰੂ ਇਸ ਪਿਊਬੇਟੀ ਰਾਈਟ ਹਰ ਐਕਨੀ ਹੋ ਰਹੀ ਉਹਦੀ ਫੋਰਹੈਡ ਤੇ ਤੇ ਮੈਨੂੰ ਹੁੰਦਾ ਕਿ ਯਾਰ ਪਲੀਜ਼ ਹੁਣੀ ਤੋਂ ਟੇਕ ਕੇਅਰ ਕਰਨੀ ਸ਼ੁਰੂ ਕਰ ਦੇ ਤਾਂ ਜੋ ਅੱਗੇ ਜਾ ਕੇ ਥਰਲੀ ਈਜ਼ੀ ਰਹੇਗਾ ਹਾ ਨਾ ਨਹੀਂ ਨਹੀਂ ਸਹੀ ਹੈ ਮੈਂ ਮੈਂ ਆ ਮੀਨ ਆਈ ਵਿਲ ਨੋਟ ਲਾਈ ਮੈਨੂੰ ਕੋਈ ਸ਼ਰਮ ਨਹੀਂ ਹੈ ਪਰ ਸਿンス ਦ ਟਾਈਮ ਆਈ ਹੈਵ ਬੀਨ ਇੰਗੇਜਡ ਤੁਸੀਂ ਮੇਰੇ ਉੱਤੇ ਜਾ ਕੇ ਕਲੌਸਟ ਦੇਖਿਓ ਉਹਦੇ ਵਿੱਚ ਮੈਂ ਲਗਾਦਾ ਚਾਰ ਪੰਜ ਅਲੱਗ-ਅਲੱਗ ਚੀਜ਼ਾਂ ਨੇ ਪਤਾ ਹੀ ਨਹੀਂ ਸੀ ਬਾਹਰ ਇੱਕ ਕਰੀਮ ਪਈ ਹੁੰਦੀ ਸੀ ਉਹੀ ਮੂੰਹ ਤੇ ਉਹੀ ਬਾਡੀ ਤੇ ਉਹੀ ਸਾਰੇ ਪਾਸੇ ਹੋਣ ਰੋਜ਼ ਵਾਟਰ ਪਿਆ ਹੋਇਆ ਜੀ ਐਸ ਪੀਐਫ 30 ਪਸਤਾ ਹੋ ਬਹੁਤ ਕੁਝ ਹੈ ਨੂੰ ਜਨਾਨੀ ਇਸ ਖਾ ਦੀ ਦੀ ਪਾਈ ਯੂ ਨੀਡ ਟੂ ਕਿਲ ਲੁੱਕ ਬਟ ਥੈਟ ਬ੍ਰਿੰਗਸ ਮੀ ਟੂ ਐਕਨੇ ਮੈਂ ਇੱਕ ਫੈਕਟ ਪੜਦਾ ਪਿਆ ਸੀ ਕਿਤੇ ਆਈ ਰੈਡ ਅ ਸਰਵੇ ਕਿ ਇੱਕ ਟਾਈਮ ਦੇ ਉੱਤੇ ਸਿੰਗਾਪੁਰ ਨੇ ਐਕਨੇ ਨੂੰ ਇੱਕ ਨੈਸ਼ਨਲ ਡਿਜ਼ੀਜ਼ ਦਿਖਾ ਮਤਲਬ ਸ਼ੋ ਕਰਦਾ ਸੀ ਕਿਉਂਕਿ ਥੈਟਸ ਹਾਊ ਬੈਡ ਇਟ ਇਜ਼ ਤੇ ਆਪਣੇ ਤਾਂ ਐਕਨੇ samay din ikush how does it happen and then is it something related to our diet or sleep or like how do they work i personally mainu experience dina nahi hoya time mera hoya si hai so time right so ve mera bad forehead kalloki breakout ho gaya si bina laga theek hon de vich but mainly acne jehdi hundi hai kayan di har ek di figure body alag hai ki ha na kayan di severe acne ho jandiyan kayan di hundi hai ki bahut thodi hai dawaiyan naal theek ho jandi hai ਪਰ ਸਮ ਪੀਪਲ ਦੇ ਹੈਵ ਟੂ ਰੀਲੀ ਗੋ ਟੂ ਡਰਮਟੋਲੋਜਿਸਟ ਰਾਈਟ ਤੇ ਉਹਨਾਂ ਕੋਲ ਪ੍ਰਸਕ੍ਰਾਈਬ ਮੈਡੀਸਨ ਲੈਣੀ ਪੈਂਦੀ ਹੈ ਉਹ ਕੰਟੀਨਿਊਸਲੀ ਉਹਨਾਂ ਨੂੰ ਖਾਣੀ ਪੈਂਦੀ ਹੈ ਮਾਈ ਵਨ ਆਫ ਮਾਈ ਕਜ਼ਨ ਇਜ਼ ਲਾਈਕ ਥੈਟ ਯੂ ਉਹਨੂੰ ਦਵਾਈ ਖਾਣੀ ਪੈਂਦੀ ਹੈ ਜਦ ਤੱਕ ਉਹ ਨਹੀਂ ਕਲੀਅਰ ਨਾ ਸਕਿਨ ਹੋ ਜਾਏ ਸੋ ਹਰ ਇੱਕ ਦਾ ਸਾਬ ਵੱਖਰਾ ਵੱਖਰਾ ਹੈਗਾ ਹਾਂਜੀ ਸੋ ਸਮ ਪੀਪਲ ਵਰ ਸਮ ਪੀਪਲ ਡੂ ਇਸ ਫॉर ਐਕਨੇ ਐਂਡ ਦੈਨ ਬ੍ਰੇਕਆਊਟਸ ਦੇ ਯੂਜ਼ ਬਰਸ ਕੰਟਰੋਲ ਡੂ ਯੂ ਡੂ ਥਿੰਕ ਦੈਟਸ ਰਾਈਟ ਕਾਜ਼ ਉਹ ਬੇਸਿਕਲੀ ਤੁਸੀਂ ਆਪਣੇ ਹਾਰਮੋਨਸ ਨਾ ਯੂ نو ਯੂ ਆਰ ਗੋਇੰਗ ਅਪ ਹਾਂਜੀ ਹਾਰਮੋਨਸ for yeah. like that up and down something is there something you like would would recommend or not oh main tuhanu kahungi ki lekha oh to professionally you know advice karna chahiye diye dete kyunki tade blood check karke ye tuhanu aage da advice kar sakde ki haan like tade suit de vich kis cheez di kami hai gi hai aur kis cheez ne improve karan di lod hai gi ya oh de hisab na tuhanu fir doctor prescribe kare ke skin te what do you call it diet skin basically females waste ke sleep vi khende in important hai ki some how when you mess it up real bad you end up missing your period cycle ਕਈ ਵਾਰੀ ਇਦਾਂ ਹੁੰਦਾ ਲੇਟ ਅੱਗੇ ਪਿੱਛੇ ਇੰਨਾ ਤੁਹਾਡਾ ਹਾਰਮੋਨਲ ਇੰਬੈਲੈਂਸ ਖਰਾਬ ਹੋ ਜਾਂਦਾ ਕਿ ਤੁਸੀਂ ਜਦੋਂ ਨਾ ਤੁਹਾਡੀ ਡਾਈਟ ਸਹੀ ਹੈ ਹੁਣ ਅੱਜ ਦੇ ਟਾਈਮ 'ਚ ਆਪਾਂ ਪਹਿਲੀ ਗੱਲ ਹੈ ਹੀ ਪੰਜਾਬੀ ਸ਼ੋਲੇਪ ਟੂ ਰੇ ਪਰੋਂਥੇ ਤੋਂ ਹੀ ਬਣਾਉਨੇ ਹੋ ਬਟ ਆਰ ਡੇ ওকে ਇਹ ਤਾਂ ਡਾਈਟ ਕਿਛੂ ਸਹੀ ਹੋਣੀ ਤੇ ਕੀ ਹੋਣਾ ਤੇ ਕੀ ਨਹੀਂ ਹੋਣਾ ਬਟ ਮਾਈ ਕੁਐਸਚਨ ਇਜ਼ ਕਿ ਤੁਸੀਂ ਹਾਊ 杜 ਯੂ ਡੀਲ ਵਿਦ ਥਿੰਗਸ ਆ ਮੀਨ ਤਾ ਅਦਾ ਵੀ ਕਦੀ ਦਿਲ ਕਰਦਾ ਗਏ ਮੈਂ ਪ੍ਰੌਟੇ ਖਾ ਲਵਾਂ ਕੁਛ ਕਰਦਾ ਉਹ ਮੇਰਾ ਤਾਂ ਬਹੁਤ ਦਿਲ ਕਰਦਾ ਮੈਨੂੰ ਹੁੰਦਾ ਹੈ ਕਿ ਕੰਪਨੀ ਹੋਵੇ ਤੇ ਪ੍ਰੌਟੇ ਬਣਾਵਾ ਮੈਨੂੰ ਬਸ ਮੌਕਾ ਚਾਹੀਦਾ ਹੁੰਦਾ ਹੈ ਬਣਾਉਣ ਵਾਸਤੇ ਰਾਈਟ ਰਾਈਟ ਪਰ ਬੱਚਾ ਮੇਰਾ ਖਾਨਦਾਨੀ ਪ੍ਰੌਟੇ ਇਸ ਕਰਕੇ ਕੱਲੀ ਮੈਂ ਬਣਾਉਂਦੀ ਨਹੀਂ ਆਪਣੇ ਲਈ ਰਾਈਟ ਯਾ ਪਰ ਪਹਿਲਾਂ ਬਹੁਤ ਖਾਦੇ ਗਏ ਮम्मा ਦੇ ਕੋਲ ਜਾਣਾ ਉਹਨਾਂ ਨੇ ਮੇਰੀ ਡਿਮਾਂਡ ਉਹਨਾਂ ਕੋਲ ਤਿੰਨ ਚਾਰ ਚੀਜ਼ਾਂ ਦੀ ਹੁੰਦੀ ਹੈ ਰਾਈਟ ਆਲੂ ਦੇ ਪਰੌਂਠੇ ਮੇਥੀ ਦੇ ਪਰੌਂਠੇ ਖਾਸ ਕਰਕੇ ਕਿਉਂਕਿ ਮੈਨੂੰ ਮੇਥੀ ਦੀ ਰੋਟੀ ਨਹੀਂ ਆਉਂਦੀ ਬਣਾਣੀ ਮੱਕੀ ਦੀ ਤਾਂ ਉਹ ਇੱਕ ਚੀਜ਼ ਉਹਨਾਂ ਕੋਲ ਪੱਕਾ ਹੀ ਹੁੰਦੀ ਹੈ ਜੀ ਦੂਜੀ ਹੈਗੀ ਸਾਗ ਤੇ ਕੜੀ ਹੂੰ ਹੂੰ ਦੈਟਸ ਇਟ ਇਹ ਜੇ ਜੰਮੇ ਨੂੰ ਮੈਂ ਕਿਹਾ ਹਰ ਵੇਲੇ ਚਾਹੀਦੀ ਜੋ ਰਮਿਆਂ ਦੀ ਉੱਥੇ ਜਾ ਕੇ ਜੰਮ ਕੇ ਖੁੱਲ ਕੇ ਖਾਣੀ ਹੈ ਤੇ ਹੋਰ ਕੀ ਫਿਰ ਨਹੀਂ ਪਰਵਾਹ ਕਰੀਦੀ ਕਿ ਹਾਂ ਯਾਰ ਕੀ ਅੰਦਰ ਜਾ ਰਿਹਾ ਕੀ ਨਹੀਂ ਜਾ ਰਿਹਾ ਹੈਗਾ ਨਹੀਂ ਸਹੀ ਇਹ ਤਾਂ ਹੋ ਗਿਆ ਫੂਡ ਇੱਕ ਹੋ ਗਈ ਸਲੀਪ ਹੁਣ ਵਿਦ profession like yours i don't think ke 8 9 to 5 ta hai ni Yeah. How do you catch up on your sleep? Is it just one day you sleep like 20 hours ke haan vi main hon soongi ke nai le. Right. <laughs> oh, cycle ban janda daara. Okay. Tussi you used to ho jande ho honde kante vich taadi ne poori ho jandi hai. Right. Ab ni ki tussi everyday busy hunde ho na kaam de vich kai vaar tannu phir chutti vi mil jandi hai jadon kali bookings ni hundiyan you have your time. Par tussi ohde vich hi apni sleep puri kar lende ho. Par bachcha de naal khas kar with my kid ਉਹਦੀ ਇਵਨਿੰਗ ਕਲਾਸਿਸ ਹੈਗੀਆਂ ਸਵੇਰੇ ਸਕੂਲ ਜਾਬ ਕਰਨਾ ਫਿਰ ਸ਼ਾਮ ਨੂੰ ਉਹਨੂੰ ਪਿਕ ਕਰਨਾ ਫਿਰ ਇਵਨਿੰਗ ਕਲਾਸਿਸ ਲੈ ਕੇ ਜਾਣਾ ਗੇਮਸ ਲੱਗ ਹੋ ਗਈਆਂ ਸੋ ਉਹਦੇ ਵਿੱਚ ਮੇਰਾ ਸਕੈਡਿਊਲ ਜਿਹੜਾ ਕਹ ਲੋ ਕਿ ਬਿਜ਼ੀ ਚੱਲਦਾ ਜਬ ਤੱਕ ਉਹ ਸੌਂਦਾ ਟਾਈਮ ਨਹੀਂ ਉਧਾਂਦਾ ਜੋ ਕਿ ਮੈਂ ਉਹਨੂੰ ਰੱਖਿਆ ਹੋਇਆ ਕਿ 9 ਵਜੇ ਤੱਕ ਸੋਣਾ ਹੀ ਸੋਣਾ ਪਰ 11 12 ਵਜੇ ਜਾਂਦੇ ਆ ਕਿ ਸਕੂਲ ਦਾ ਕੰਮ ਇੰਨਾ ਪਿਆ ਹੋਣ ਦਾ ਬਾਅਦ ਕਿ ਟਾਈਮ ਲੱਗਦਾ ਕਿ ਭੱਜ ਜਾਂਦਾ ਫਿਰ ਤੇ ਉਹਦੇ ਵਿੱਚ ਫਿਰ ਕਹ ਲੋ ਕਿ 7 8 7 ਘੰਟੇ ਵੀ ਮੈਕਸਿਮਮ ਮਿਲ ਜਾਂਦਾ ਨਾ ਸੌਣ ਵਾਸਤੇ ਉਹ ਵੀ ਬਹੁਤ ਹੈ ਯਾ ਨਹੀਂ ਇਹ ਤਾਂ ਹੈ ਮਤਲਬ ਸਾਇੰਟਿਫਿਕਲੀ ਕਹਿੰਦੇ ਕਿ 8 ਘੰਟੇ ਘੱਟ ਲੋ 8 ਘੰਟੇ ਪਰ 6 ਤੋਂ 7 ਘੰਟੇ ਵੀ ਮੈਨੂੰ ਲੱਗਦਾ ਚਲੋ ਚੱਲ ਜਾਂਦੇ ਆ ਬਾਕੀ ਸਵੇਰੇ ਉੱਠ ਕੇ ਆਈ ਪੈਚਸ ਲਗਾ ਲਓ ਹਾਂ ਇਹ ਤਾਂ ਹੈ ਕਲਰ ਹੋਰ ਕੀ ਹੈ ਕੋਰੀਅਨ ਫੇਸ ਮਾਸਕ ਆ ਰਹੇ ਹੋ ਬੜੇ ਸੋਹਣੇ ਕੋਰੀਅਨ ਦੀ ਸਕਿਨ ਰੂਟੀਨ ਹੋਣ ਕਹ ਲੋ ਕਿ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਕੋਰੀਅਨ ਸੋਸ਼ਲ ਮੀਡੀਆ ਕਰਕੇ ਫੇਮਸ ਹੋ ਗਈ ਜਿਆਦਾ ਸੋਸ਼ਲ ਮੀਡੀਆ ਟਿਕਟੌਕ ਕਰਕੇ ਔਰ ਜਿਹੜੇ ਆਪਣੇ ਇਵਨ ਆ ਕੀ ਕਹਿੰਦੇ ਆ

ਹੈਰ ਫਿਰ ਕੀ ਹੈ ਹਾਂਜੀ ਇੱਕ ਮੇਰਾ ਸੈਲਫਿਸ਼ ਕੁਐਸਚਨ ਹੈਗਾ ਮੁੰਡਿਆਂ ਵਾਸਤੇ ਕੈਨ ਯੂ ਟੈਲ ਅਸ ਕਿ ਹਾਊ ਟੂ ਫਾਈਂਡ ਆਊਟ ਕਈ ਤਾਂ ਮੇਰੇ ਵਰਗੇ ਸ਼ਰਮ ਦੇ ਮਾਰੇ ਪੁੱਛਦੇ ਕਿ ਸਾਡੀ ਸਕਿਨ ਆਇਲੀ ਹੈ ਸਾਡੀ ਸਕਿਨ ਡਰਾਈ ਹੈ ਸਾਡੀ ਸਕਿਨ ਕੀ ਹੈ ਸਾਨੂੰ ਮੈਨੂੰ ਹੁਣ ਐਕਜ਼ੀਮਾ ਨਹੀਂ ਸੀ ਪਤਾ ਐਕਜ਼ੀਮਾ ਕੀ ਹੁੰਦਾ ਸਾਡੇ ਬੰਦ ਤਾਂ ਕੀ ਖਾਜ ਹੁੰਦੀ ਦੀ ਪਤਾ ਨਹੀਂ ਕੀ ਕਿ ਮਤਲਬ ਇਹ ਤੁਸੀਂ ਦੱਸ ਸਕਦੇ ਹੋ ਇਜ਼ देयर ਅ ਵੇ ਆਊਟ ਕੈਨ ਯੂ ਡੂ ਇਟ ਐ ਹோம் অর ਲਾਈਕ ਡੂ ਯੂ ਜਸਟ ਗਾਟ ਟੂ ਸਬਾਡੀ ਦੈਟ ਕੈਨ ਟੈਲ এবੀ ਐਕਚੁਅਲੀ ਸਕਿਨ ਕੇਅਰ ਦੇ ਕਾਲ ਸਕਿਨ ਸਪੈਸ਼ਲਿਸਟ ਕੋਲ ਜਾ ਕੇ ਜਾਣਾ ਪੈਂਦਾ ਹੈ ਗਾਈ ਹਾਂਜੀ ਇਹਦੀ ਵੀ ਆਪਣੀ ਕਿ ਦਵਾਈ ਹੁੰਦੀ ਹੈ ਜਿਹੜੀ ਤੁਹਾਨੂੰ ਫੇਲ ਲਗਾਨੀ ਹੈ ਲਗਾ ਨਹੀਂ ਪੈਂਦੀ ਹੈ ਬਟ ਡੂ ਯੂ ਥਿੰਕ ਇਟਸ ਇੰਪੋਰਟੈਂਟ very important cuz sun's cause ka garmiyan de vich hai na eczema jehda hai ga oh bahut kharab ho janda hai maybe cousin da bachcha hai ga ya so right. he has that problem so, thoda right. chota age par ore onu dawai lagani hi pendi hai क्रीम ਹੈਗੀ ਹੈ ਐਂਟੀਪਾਇਰੀਕ ਐਲੋਕੀ ਉਹ ਨੂੰ ਲਗਾਨੀ ਪੈਂਦੀ ਆਦਰਵਾਇਸ ਜੋ ਉਹਦੇ ਐਕਜ਼ਿਮਾ ਹੈਗਾ ਉਹ ਬਹੁਤ ਫੱਜ ਜਾਂਦਾ ਹੈ ਤੇ ਰੈਡਨੈਸ ਕਾਫੀ ਹੋ ਜਾਂਦੀ ਹੈ ਫਸ ਕਰੈਚਸ ਕਰਕੇ ਹੋਰ ਵੱਧ ਜਾਂਦੀ ਹੈਗੀ ਆ ਹਾਂਜੀ ਤਾਂ ਇਹ ਮੈਂ ਜਿਹੜਾ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ ਇੱਕ ਵਾਰੀ ਮੈਂ ਸਿਗਰ ਸ਼ੋ ਤੇ ਗਿਤੇ ਤੇ ਮੇਕਅਪ ਲਾ ਕੇ ਗਿਆ ਸੀਗਾ ਸਾਰਾ ਕੁਝ ڈن ਕਰਕੇ ਤੇ ਰਾਤੀ 2 ਵਜੇ ਵੇਲੇ ਆ ਮੈਂ ਥੱਕ ਗਿਆ ਮੈਂ ਸੌਂ ਗਿਆ ਆ ਕੇ ਸੁیرے ਮੇਰਾ ਫੇਸ ਓ ਮਾਈ ਗਾਡ ਇਟ ਵਾਸ ਇਚਿੰਗ ਲਾਈਕ ਹੈਲ ਮੈਨੂੰ ਲੱਗਾ ਕਿ ਮੈਂ ਕਿੱਥੇ ਆ ਗਿਆ ਮੈਨੂੰ ਕੀ ਹੋ ਰਿਹਾ ਹੈ ਕਿ ਵਾਟਸ ਰੌਂਗ ਇਹ ਮਤਲਬ ਮੇਕਅਪ खराब करता है ਵਾਲਾ ਵਿਆਹ ਚ ਇੰਪੋਰਟੈਂਟ ਹੁੰਦਾ ਆ ਆਫਕੋਰਸ ਮੈਂ ਕਹਣਾ ਮੇਰਾ ਕੰਮ ਬਹੁਤ ਇੰਪੋਰਟੈਂਟ ਹੈ ਬਟ ਇਨ ਜਨਰਲ ਇਫ ਯੂ ਵੋਂਟ ਡੂਇੰਗ ਮੇਕਅਪ অর ਇਫ ਯੂ ਵੋਂਟ ਵਾਟ ਡੂ ਯੂ ਥਿੰਕ ਇਜ਼ ਮੇਕਅਪ ਇੰਪੋਰਟੈਂਟ ਲਾਈਕ ਔਨ ਏਵਰੀਡੇ ਬੇਸਿਸ অর ਇਜ਼ ਇਟ ਜਸ ਇੰਪੋਰਟੈਂਟ ਕਿ ਇੱਕ ਦਿਨ ਜਦੋਂ ਤੁਸੀਂ ਆਪਣਾ ਡਿਜ਼ਨੀ ਪ੍ਰਿੰਸੈਸ ਵਾਲੀ ਫੀਲਿੰਗ ਲੈਣੀ ਹੈ ਉਦੋਂ ਤੁਸੀਂ ਲਾ ਸਕਦੇ ਆ ਏ ਹਰ ਇੱਕ ਤਾਂ ਆਪਣਾ ਆਪਣਾ ਹੈਗਾ ਯਾਰ ਕਿ ਮੈਂ ਆਪਣਾ ਪਰਸਨਲ ਹੀ ਕਹਾਂਗੀ ਜਰੋ ਮੈਨੂੰ ਸ਼ੌਂਕ ਵੀ ਨਹੀਂ ਸੀਗਾ ਮੈਨੂੰ ਜਰ ਆਂਦਾ ਵੀ ਨਹੀਂ ਸੀਗਾ ਉਹਦੇ ਬਸ ਲਾਲੀ ਲਗਾ ਲੈਣੀ ਹੈ ਨਾ ਲਿਪਸਟਿਕ ਤੋਂ ਲੈ ਕੇ ਗੱਲਾਂ ਤੇ ਹਲਕੀ ਜਿਹੀ ਬੱਲਾਂ ਤੇ ਸੋ ਉਹ ਕਿਤੇ ਨਾ ਕਿਤੇ ਹਾਰੀ ਕੁੜੀ ਦੇ ਵਿੱਚ ਹੈਗਾ ਹੀ ਹੈਗਾ ਪਰ ਹਾਂਜੀ ਤੁਸੀਂ ਡੇਲੀ ਬੇਸਿਸ ਤੇ ਡਿਪੈਂਡ ਕਰਦਾ ਤੁਸੀਂ ਕਿਹੜੀ ਜੌਬ ਕਰਦੇ ਹੋ ਨਾ ਤੇ ਤੁਸੀਂ ਉੱਥੇ ਕਰਕੇ ਜਾਂਦੇ ਹੋ ਕਾਰਪੋਰੇਟ ਜੌਬ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕੰਮ ਕਰਦੀ ਸੀ ਸੋ ਆਈ ਯੂਸ ਟੂ ਬੀ ਯੂ ਨੋ ਕੰਤ ਜਾਣਾ ਸਵੇਰੇ ਰੈਡੀ ਹੋ ਕੇ ਜਾਣਾ ਇੰਨਾ ਵੀ ਨਹੀਂ ਕੀ ਹੈ ਨਾ ਬਹੁਤ ਥੱਪ ਕੇ ਜਾਣਾ ਮੇਕਅਪ ਲਾਈਟ ਮੇਕਅਪ ਕਿ ਹਾਂ ਲਾਈਕ ਤੁਸੀਂ ਸੋਹਣੇ ਲੱਗੋ ਕੌਨਫੀਡੈਂਸ ਹੈ ਆਪਣੇ ਨੂੰ ਲਗਾਨੇ ਰਾਈਟ ਤੁਸੀਂ ਥੋੜਾ ਜਿਹਾ ਫੀਲ ਬੈਟਰ ਕਰੀ ਉਹਦੇ ਵਿੱਚ ਕਿ ਹਾਂ ਇਹ ਨਹੀਂ ਕਿ ਸੁੱਤੇ ਉੱਠੇ ਆ ਤੇ ਮੂੰਹ ਧੋ ਕੇ ਚਲੇ ਗਏ ਸੋ ਆਪਣੇ ਲਈ ਹੈਗਾ ਇਹ ਕੌਨਫੀਡੈਂਸ ਜਿਹੜਾ ਆਂਦਾ ਤੁਸੀਂ ਆਪਣੇ ਆਪ ਨੂੰ ਦੇਖਦੇ ਸ਼ੀਸ਼ੇ ਵਿੱਚ ਆਣਾ ਕਿ ਹਾਂ ਜੀ ਲਾਈਕ ਯੂ ਲੁੱਕ ਬਿਊਟੀਫੁਲ ਯੂ ਨੋ ਆਈ ਏਮ ਬਿਊਟੀਫੁਲ ਬਟ ਵਿਦ ਮੇਕਅਪ ਯੂ ਨੋ ਯੂ ਗੈਟ ਗਿਵ ਯੂ ਦ ਬੂਸਟ ਰਾਈਟ ਤੋਂ ਉਹ ਫੇਰ ਚੀਜ਼ ਕਿਤਨੇ ਕਿਤੇ ਹੈਗੀ ਹੈ ਐਂਡ ਫਾਰ ਮੀ ਆਈ ਫੀਲ ਲਾਈਕ ਮੈਂ ਜਦੋਂ ਮੈਂ ਘਰੇ ਹੁੰਨੀ ਕਈ ਵਾਰੀ ਉਹ ਮੈਨੂੰ ਇਹ ਨਾ ਨਹੀਂ ਹੈਗਾ ਕਿ ਮੈਂ ਘਰੇ ਲਗਾ ਕੇ ਰੱਖਾਂ ਪਹਿਲਾਂ ਹੁੰਦਾ ਸੀ ਕਰ ਚਰੋ ਹਸਬੰਡ ਨਾਲ ਕੀ ਉਹਨਾਂ ਨੇ ਉਹਨਾਂ ਦੇ ਨਾਲ ਕਿ ਉਹਨਾਂ ਨੇ ਆਫਿਸ ਤੋਂ ਘਰ ਆਣਾ ਕਿ ਹੰ ਬੰਦਾ ਹੈ ਕਿ ਮੈਂ ਸੋਣੀ ਲਗਾਉਣਾ ਹਾਂ ਜੀ ਆਫਕੋਰਸ ਉਹ ਦੇਖਣ ਕਿ ਹਾਂ ਕੰਮ ਤੋਂ ਥੱਕ ਕੇ ਆ ਰਿਹਾ ਕਿ ਉਹਨਾਂ ਨੂੰ ਵਧੀਆ ਲੱਗੇ ਕਿ ਨਾ ਲਾਈਕ ਮੇਰੀ ਵਾਈਫ ਤਿਆਰ ਹੈਗੀ ਸਜੀ ਹੈਗੀ ਉਹ ਮੈਨੂੰ ਵੀ ਆਪਣੀ ਚੰਗਾ ਲੱਗਦਾ ਹੁੰਦਾ ਸੀਗਾ ਕਿ ਉਹ ਕੰਪਲੀਮੈਂਟ ਦਿੰਦੇ ਹੁੰਦੇ ਸੀ ਹੈ ਨਾ ਤੇ ਕਿਤੇ ਨਾ ਕਿਤੇ ਉਹ ਹੈਗੀ ਹੈ ਕਿ ਹਾਂ ਜੀ ਕਿ ਮੈਨੂੰ ਚੰਗਾ ਲੱਗਦਾ ਹੁੰਦਾ ਸੀ ਬਾਕੀ ਇਹਦਾ ਮੈਕੈਨਿਕ ਸਾਦੀ ਰਾਈਟ ਪਰ ਇੱਕ ਛੋਟੀ ਕੁੜੀ ਜਦੋਂ ਹੁੰਦੀ ਹੈ ਨਾ ਕਿ ਉਹ ਸਵਰਨਾਥ ਸਜਨਾ ਦਾ ਉਹ ਹੈਗਾ ਹੀ ਉਹ ਹਰ ਇੱਕ ਦੇ ਵਿੱਚ ਹੈਗਾ ਉਹਨਾਂ ਨੇ ਇਹ ਫਿਲਮਾਂ ਖਰਾਬ ਕੀਤਾ ਹੈ ਫਿਲਮਾਂ ਨੇ ਦੇਖ ਕੇ ਮਨੇ ਕਹਿੰਦਾ ਹਾਂ ਅਜੀ ਹੈ ਪਰ ਹੁਣ ਹੀਰਾ ਮੰਡੀ ਆਈ ਹੈ ਸਾਰੇ ਉਹੀ ਸੂਟ ਲੱਭਣ ਡੇ ਹਨਾਰਕਲੀ ਲੱਭਣ ਡੇ ਹੈ ਡੱਬਣ ਡੇ ਉਹ ਲੱਭਣ ਡੇ ਲੱਗਦਾ ਹੈ ਹੀਰਾ ਮੰਡੀ ਦਾ ਸੱਚੀ ਗੱਲ ਬਹੁਤ ਜ਼ਿਆਦਾ ਚੱਲਦਾ ਪਿਆ ਨਹੀਂ ਨਹੀਂ ਮੈਂ ਨਾ ਐਕਚੁਅਲੀ ਪਹਿਲਾਂ ਗੱਲ ਕਰਨੀ ਸੀ ਕਿ ਯੂ ਬੀਇੰਗ ਅ ਮਮ ਬਟ ਹੁਣ ਤੁਸੀਂ ਭਾਜੀ ਦੀ ਗੱਲ ਕੀਤੀ ਸੋ ਨਾਓ ਵੀ ਨੋ ਦੈਟ ਹੀ ਹੀਜ਼ ਨੋ ਮੋਰ ਹੀ ਇਜ਼ ਇਨ ਇਨ ਸਪਿਰਿਟ ਬਟ ਉਹ ਹਾਊ ਹੈਜ਼ ਬੀਨ ਦ ਟਾਈਮ ਲਾਈਕ ਹਾਊ ਹੈਵ ਯੂ ਮੈਂ ਤੁਹਾਨੂੰ ਆਈ ਡੋਨਟ ਵਾਂਟ ਟੇਕ ਯੂ ਟੂ ਅ ਸਰਟਨ ਪੁਆਇੰਟ ਕਿ ਮੈਂ ਉਹ ਤੁਹਾਨੂੰ ਪੋਕ ਨਹੀਂ ਕਰਨਾ ਚਾਹੁੰਦਾ ਬਟ ਇਫ ਯੂ ਕੈਨ ਇਨ ਇਫ ਯੂ ਆਰ ਕੰਫਰਟੇਬਲ ਕਿ ਵਾਈਲ ਲਿਵਿੰਗ ਇਨ ਦ ਮਤਲਬ ਸੋਸਾਇਟੀ ਤੁਸੀਂ ਰਹਿ ਰਹੇ ਹੋ ਕਿ ਹਾਊ ਹੈਜ਼ ਸੋਸਾਇਟੀ ਟ੍ਰੀਟਡ ਯੂ ਇਨ ਜਨਰਲ ਲਾਈਕ ਕਿ ਉਹਨਾਂ ਦੇ ਹੋਣ ਤੋਂ ਪਹਿਲਾਂ ਤੇ ਉਹਨਾਂ ਦੇ ਹੋਣ ਤੋਂ ਬਾਅਦ ਸੋਸਾਇਟੀ ਦੇ ਵਿੱਚ ਕੌਣ ਹੈਗਾ ਯਾ ਆਪਾਂ ਆਪਾਂ ਹੈਗੇ ਆ ਨਾ ਅਸੀਂ ਹੈਗੇ ਆ ਸਾਡੇ ਘਰ ਦੇ ਹੈਗੇ ਆ ਸੱਸ ਸਹੁਰੇ ਹੈਗੇ ਆ ਪਹਿਲਾਂ ਤਾਂ ਜਦ ਤੱਕ ਸਹੀ ਚੱਲਦਾ ਤਦ ਤੱਕ ਤੁਹਾਨੂੰ ਸਹੀ ਟਰੀਟ ਕਰਦੇ ਆ ਜੀ ਜਦੋਂ ਕਿਤੇ ਵੀ ਕੋਈ ਪ੍ਰੋਬਲਮ ਆਂਦੀ ਹੈ ਫਿਰ ਨੌਕਸ ਕਰਦੇ ਆ ਪਰ ਨੌਕਸ ਉਹਨਾਂ ਨੇ ਕਦੀ ਆਪਣੇ ਬੱਚੇ ਦਾ ਨਹੀਂ ਕੱਢਣਾ ਜਿਹੜੀ ਪੁਰਾਈ ਹੁੰਦੀ ਆ ਹਮੇਸ਼ਾ ਉਹਦਾ ਕੱਢਣਾ ਹੁੰਦਾ ਆ ਸਾਹਮਣੇ ਕੋਈ ਨਹੀਂ ਬੋਲਦਾ ਪੇਟੀ ਪਿੱਛੇ ਸਾਰੇ ਬੋਲਦੇ ਆ ਸੋ ਇਹ ਚੀਜ਼ਾਂ ਮੇਰੇ ਨਾਲ ਹੋਈਆਂ ਹੈਗੀਆਂ ਆ ਜੀ ਤੇ ਮੂੰਹ ਤੇ ਕੋਈ ਨਹੀਂ ਬੋਲਿਆ ਬਾਜਰੋ ਹਾਦਸਾ ਹੋਇਆ ਬਾਅਦ ਵਿੱਚ ਸਭ ਦੇ ਬੋਲੇ ਆ ਸਭ ਨੇ ਤਾਨੇ ਦਿੱਤੇ ਆ ਜੀ ਅ ਪਰ ਲੋਕੀ ਨਾਲ ਕੁਝ ਕਿਹਾ ਜਾ ਕੇ ਕੀ ਫਿਰ ਵੀ ਕਹ ਲੋਕੀ ਮੇਰੇ ਦਿਲ ਵਿੱਚ ਉਹ ਨਫ਼ਰਤ ਨਹੀਂ ਹੋਈ ਕਦੀ ਵੀ ਉਹਨਾਂ ਵਾਸਤੇ ਕਿਉਂਕਿ ਅੱਦਿਆਨ ਮੈਂ ਉਹਨਾਂ ਨੂੰ ਆਪਣੇ ਮਾਪਿਆਂ ਵਾਂਗੂ ਰੱਖਿਆ ਸੀਗਾ ਮਾਪਿਆਂ ਵਾਂਗੂ ਹੀ ਸਾਡੀ ਬੜੀ ਆਈ ਹੈ ਨਾ ਸਾਡੇ ਸਾਡੇ ਮਾਪ ਨੇ ਹੀ ਸਿਖਾਇਆ ਹੈ ਨਾ ਕਿ ਜਦੋਂ ਵਿਆਹ ਹੋ ਜਾਂਦਾ ਕੁੜੀ ਦਾ ਤੁਹਾਡੇ ਸਸਰ ਹੀ ਤੁਹਾਡੇ ਪੇਰੈਂਟਸ ਹੈਗੇ ਹਨਾ ਉਹੀ ਤੁਹਾਡਾ ਪਰਿਵਾਰ ਹੈਗਾ ਆ ਆਪਣੇ ਨੂੰ ਤੁਸੀਂ ਬਾਝੋਂ ਰੱਖੋ ਉਹਨਾਂ ਨੂੰ ਪਹਿਲਾਂ ਸੋ ਮੇਰੇ ਪੇਰੈਂਟਸ ਨੇ ਹਮੇਸ਼ਾ ਇਹ ਸਿਖਾਇਆ ਸੀਗਾ ਤੇ ਉਹੀ ਉਸੂਲਾਂ ਤੇ ਮੈਂ ਰਹੀ ਸੀ ਪਰ ਜਦੋਂ ਹਾਦਸਾ ਹੋਇਆ ਉਸ ਤੋਂ ਬਾਅਦ ਕਹਿ ਲੋ ਕਿ ਉਹਨਾਂ ਨੇ ਮਨੂਵਿਨੀ ਮਤਲਬ ਪੁੱਛਿਆ ਨਾ ਇਹ ਉਹਨਾਂ ਨੇ ਆਪਣੇ ਪੋਤੇ ਨੂੰ ਪੁੱਛਿਆ ਜੋ ਕਿ ਉਹਨਾਂ ਦਾ ਆਪਣਾ ਖੋਨਸੀ ਘਰ ਹੈ ਨਾ ਉਹ ਇਹਨਾਂ ਨੂੰ ਵੀ ਆਈ ਪੈਰਾ ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀ ਕੋਲ ਆਪਣੇ ਹੋਰ ਬਥੇਰੇ ਲੱਗੇ ਬੈਠੇ ਹੋਏ ਆ ਦੂਰ ਵਾਲੇ ਨਹੀਂ ਮੈਟਰ ਕੀਤੇ ਉਹਨਾਂ ਨੂੰ ਹੋਣਾ ਕਿ ਜੇ ਇਹਨਾਂ ਨਾਲ ਕੋਈ ਵਾਪਿਆ ਤੇ ਇਹਨਾਂ ਨੂੰ ਦੇਣਾ ਹੀ ਪੈਣਾ ਇਹਨਾਂ ਨੇ ਮਤਲਬ ਦੇਣਾ ਤੇ ਕੀ ਇਹ ਸਾਨੂੰ ਹੁੰਦਾ ਕਿ ਤੁਹਾਨੂੰ ਇੱਕ ਸਹਾਰਾ ਚਾਹੀਦਾ ਸਹਾਰਾ ਵੀ ਕੀ ਮਤਲਬ ਇੱਕ ਮੋਰਲ ਸਪੋਰਟ ਰਾਈਟ ਕਿ ਚਲੋ ਤੁਹਾਡਾ ਕੋਈ ਆਪਣਾ ਹੈਗਾ ਯਾ ਜਿਹੜਾ ਤੁਹਾਡੀ ਫਿਕਰ ਕਰਦਾ ਹੈ ਨਾ ਤੁਹਾਡਾ ਹਾਲ ਚਾਲ ਪੁੱਛਦਾ ਪਰ ਉਹ ਚੀਜ਼ ਕਹ ਲੋ ਕਿ ਮੈਨੂੰ ਤੇ ਮੇਰੇ ਬੱਚੇ ਨੂੰ ਉਹ ਨਹੀਂ ਮਿਲੀ ਬਿਲਕੁਲ ਤੇ ਮੈਨੂੰ ਜਿਹੜੀ ਸਭ ਤੋਂ ਵੱਡੀ ਸਪੋਰਟ ਮਿਲੀ ਹੈ ਇੱਥੇ ਉਹ ਵੀ ਫਰੈਂਡਸ ਦੇ ਕੋਲੋਂ ਮਿਲੀ ਹੈ ਫੈਮਿਲੀ ਕੋਲੋਂ ਨਹੀਂ ਮਿਲੀ ਨਾ ਮੇਰੀ ਆਪਣੀ ਫੈਮਿਲੀ ਕੋਲੋਂ ਨਹੀਂ ਮਿਲੀ ਨਾ ਮੇਰੇ ਇਨਲਾਜ਼ ਦੇ ਕੋਲੋਂ ਮਿਲੀ ਫਰੈਂਡ ਸਰਕਲ ਦੇ ਵਿੱਚੋਂ ਮੈਨੂੰ ਮਿਲੀ ਜੋ ਕਿ ਮੈਂ ਵੀ ਉਹ ਰਿਸ਼ਤੇ ਬਹੁਤ ਪਹਿਲਾਂ ਤੋੜ ਚੁੱਕੀ ਸੀਗੀ ਹਾਲਾਤ ਇਦਾਂ ਦੇ ਬਣ ਗਏ ਸੀ ਕਿ ਉਹ ਮੈਨੂੰ ਫਰੈਂਡ ਸਰਕਲ ਆਪਣਾ ਉਹਨੂੰ ਛੱਡਣਾ ਪਿਆ ਔਰ ਜਦੋਂ ਹਾਦਸਾ ਹੋਇਆ ਉਸ ਤੋਂ ਬਾਅਦ ਸਾਰੇ ਕਹਿ ਲੋ ਕਿ ਪਹਿਲੇ ਦਿਨ ਤੋਂ ਹੀ ਇਕੱਠੇ ਹੋ ਗਏ ਸੀਗੇ ਜੀ ਔਰ ਦੇਖਿਆ ਨਾ ਮੈਨੂੰ ਖੁਦ ਨੂੰ ਹੀ ਬਹੁਤ ਵਧੀਆ ਲੱਗਾ ਕਿ ਪਰ ਰੱਬ ਦੀ ਮਿਹਰ ਹੈ ਕਿ ਚਲੋ ਕਿਤੇ ਨਾ ਕਿਤੇ ਕੋਈ ਚੰਗੇ ਕੰਮ ਕੀਤੇ ਆ ਕਰਮ ਕੀਤੇ ਆ ਮੇਰੇ ਜਿਹਸਬੰਡ ਹੈ ਕਿ ਉਹ ਸਾਰੇ ਜਾਣੇ ਕੋ ਲਾਈ ਉਸ ਜਿਹੜਾ ਟੋਖਾ ਟਾਈਮ ਚੱਲਦਾ ਪਿਆ ਸੀਗਾ ਮੇਰਾ ਸਾਰਾ ਪਣੇ ਬੱਚੇ ਦਾ ਸਾਰਾ ਪਣੇ ਤੇ ਉਹ ਮੈਂ ਕਦੀ ਨਹੀਂ ਭੁੱਲ ਸਕਦੀ ਔਫਕੋਰਸ ਈਵਨ ਥੋ ਮੇਕਅਪ ਤੇ ਵਿੱਚ ਵੀ ਆਂਦੇ ਵਿੱਚ ਵੀ ਉਹਨਾਂ ਦਾ ਹੀ ਬਹੁਤ ਵੱਡਾ ਹੱਕ ਹੈਗਾ ਹੈ ਹੱਥ ਹੈਗਾ ਹੈ ਕਿ ਜੇ ਰੋ ਮੇਰੀ ਜੌਬ ਚੱਲੇਗੀ ਸੀਗੀ ਜੀ 2000 ਬਾਈਟ ਨਹੀਂ 22 ਦੇ ਵਿੱਚ ਰਾਈਟ 22 ਦੇ ਵਿੱਚ ਹੀ ਗਈ ਮੇਰੀ ਜੋਬ ਤੇ ਉਦੋਂ ਮੇਰੇ ਫਰੈਂਡਸ ਨੇ ਕਿਹਾ ਕਿ ਤੂੰ ਵਧੀਆ ਮੇਕਅਪ ਕਰਦੀ ਆ ਰਾਈਟ ਤੂੰ ਹੋਰ ਅੱਗੇ ਜਾ ਕੇ ਇਹਨੂੰ ਪਰਸੂ ਕਰ ਲੈ ਫਿਰ ਮੈਂ ਪਹਿਲਾਂ ਹੈਜ਼ੀਟੈਂਟ ਸੀ ਕਿ ਯਾਰ ਨਹੀਂ ਹਨਾ ਮੈਂ ਜੋਬ ਹੀ ਦੇਖਾਂਗੀ ਫਿਰ ਸੀ ਕਿ ਹੁਣ ਮੌਕਾ ਨਹੀਂ ਮਿਲਿਆ ਤੇ ਫਿਰ ਕਦੀ ਨਹੀਂ ਮਿਲਣਾ ਰਹੀ ਤੇ ਇਹ ਵੀ ਮੈਂ ਮੌਕਾ ਓਪਰਚੁਨਿਟੀ ਲਈ ਕਿ ਠੀਕ ਹੈ ਹੁਣ ਟਾਈਮ ਹੈਗਾ ਮੇਰੇ ਕੋ ਤੇ ਫਿਰ ਮੈਂ ਅੱਗੇ ਜਾ ਕੇ ਕਿਹਾ ਲੋ ਕਿ ਸਰਟੀਫਿਕੇਸ਼ਨ ਲਿੱਤੇ ਆ uh, 101 ਟ੍ਰੇਨਿੰਗ ਵੀ ਲਈ ਥੇ ਮੇਕਅਪ ਆਰਟਿਸਟ ਹੈਗੀ ਉਹਨਾਂ ਕੋਲ ਟ੍ਰੇਨਿੰਗ ਲਈ ਫਿਰ ਮੈਂ ਦੋ ਹੋਰ ਕਲਾਸਿਸ ਮਾਸਟਰ ਕਲਾਸਿਸ ਅਟੈਂਡ ਕੀਤੀਆਂ ਕਿ ਚਲੋ ਕਲਾਇੰਟਸ ਨੂੰ ਇਹ ਵੀ ਹੁੰਦਾ ਕਿ ਤੁਸੀਂ ਕਿਤੋਂ ਸਿੱਖਿਆ ਹੈਗਾ ਹਾਂਜੀ ਸਰਟੀਫਾਈਡ ਹੈਗਾ ਕਿ ਨਹੀਂ ਹੈਗੇ ਫਿਰ ਮੈਂ ਉਹ ਵੀ ਕੀਤਾ ਜਾ ਕੇ ਐਨ ਉਸ ਤੋਂ ਬਾਅਦ ਫਿਰ ਆਪਣਾ ਕਹ ਲੋ ਕਿ ਫ੍ਰੀਲੈਂਸਿੰਗ ਦਾ ਕੰਮ ਸ਼ੁਰੂ ਕੀਤਾ ਸੀਗਾ I mean ਬਿਫੋਰ ਆਪਾਂ ਹੋਰ ਅੱਗੇ ਜਾਈਏ ਮੇਰੇ ਜੋ ਦਿਮਾਗ ਚ ਗਾਲ ਖਟਕ ਰਹੀਏ ਉਦੋਂ ਦੀ ਦਿਮਾਗ ਚ ਚੱਲ ਰਹੀ ਕਿ ਜੋ ਹੋਇਆ ਜੋ ਹੈ ਨਾ ਵਾਪਰਿਆ ਉਹਦੇ ਤੁਹਾਡਾ ਤਾਂ ਨਹੀਂ ਕੋਈ ਹੱਦ ਸੀਗਾ it wasn't you you weren't involved right so why is it that you are the one being blamed and why is it that you are the one suffering halaki jo mainu lagda hai ke like people aur apne jehde karde ne they should have been the first ones to actually stand up with you ki beta jo tere naal galat hoya ki tere ch koi kasoor nahi se i really wish ke da kisne kya hunda mainu haan ji te eda nahi hoya hun chalo ki sat sarena hun gal ho jandi hai aur oh bhi keh lo ki un saal baad ਸ਼ੁਰੂਆਤ ਹੋਈ ਹੈ। ਉਹਨਾਂ ਨੇ ਪਾਲ ਨਹੀਂ ਕੀਤੀ। ਉਹਨਾਂ ਦਾ ਮਕਸਦ ਕੁਝ ਹੋਰ ਸੀਗਾ। ਜਿਸ ਕਰਕੇ ਫਿਰ ਮੈਂ ਗੱਲ ਗੱਲ ਬੰਦ ਕਰਤੀ। Right. ਹੋਣ ਉਹਨਾਂ ਦੀ ਕਿਤੇ ਤबीयत ਖਰਾਬ ਹੋ ਗਈ ਹੈ। ਇਸ ਕਰਕੇ ਫਿਰ ਮੈਨੂੰ ਕੀ ਚਲੋ। ਅਗਰ ਦੋ ਪਾਲ ਗੱਲ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਤਾਂ ਬੱਚੇ ਨਾਲ ਬੱਚੇ ਨਾਲ ਗੱਲ ਹੋ ਰਹੀ ਹੈ। ਚਲੋ ਠੀਕ ਹੈ। ਉਹਨਾਂ ਨੂੰ ਕਿਤੇ ਨਾ ਕਿਤੇ ਆਪਣਾ ਬੱਚਾ ਜਿਹੜਾ ਗੁੰਮ ਗਿਆ Right ਉਹ ਨਹੀਂ ਆਏ تھے۔ ਉਹ ਸਾਡੇ ਛੋਟੇ ਅਸ਼ਤੇ ਵਿੱਚ ਦੇਖਦੇ ਹੈਗੇ ਆ। ਦੇਖਦੇ ਆ। ਤੇ ਚਲ ਬਾਕੀ ਉਹਨਾਂ ਦੀ ਆਪਣੀ ਮਰਜ਼ੀ ਹੈ ਨਾ ਕਿਸੇ ਬਾਰੇ ਕੁਝ ਨਾ ਵੀ ਰਹੀ ਹੈ ਕਿ ਕਿਉਂ ਉਹਨਾਂ ਨੇ ਕੀਤਾ ਕਿਉਂ ਨਹੀਂ ਕੀਤਾ ਇਦਾਂ ਮੇਰੇ ਨਾਲ ਮੇਰੇ ਬੱਚੇ ਨਾ ਕਿਉਂ ਨਹੀਂ ਖੜੇ ਰਹੇ ਨਾ ਆਪਨੇ ਇੱਕ ਸੋਸਾਇਟੀ ਕਿਦਾਂ ਹੀ ਹੈਗੀ ਨਾ ਕਿ ਜਿੱਥੇ ਬਸ ਦੂਜਿਆਂ ਨੂੰ ਦੋਸ਼ ਦੇਣਾ ਬਹੁਤ ਸੌਖਾ ਆ ਆਪਣੀ ਗਲਤੀਆਂ ਨਹੀਂ ਮੰਨੀਆਂ ਜਿੱਥੇ ਮੈਂ ਗਲਤ ਆ ਕਿਉਂ ਤੁਸੀਂ ਮੇਰੇ ਮੂੰਹ ਤੇ ਆ ਕੇ ਬੋਲੋ ਬਿਲਕੁਲ ਔਰ ਮੈਂ ਗਲਤੀ ਵੀ ਆਪਣੀ ਮੰਨਾਂਗੀ ਜਿੱਥੇ ਮੈਂ ਗਲਤ ਰਹੀ ਹਾਂ ਕੋਈ ਤੇ ਨਹੀਂ ਬੋਲਦਾ ਕੋਈ ਪਹਿਲੇ ਆ ਸਭ ਪਿੱਛੇ ਪਿੱਛੇ ਬੋਲਦੇ ਆ ਐਂ ਉਹ ਮੈਨੂੰ ਚੀਜ਼ ਨਹੀਂ ਚੰਗੀ ਲਾਦੀ ਉਹਨਾਂ ਨੂੰ ਉਹ ਚੀਜ਼ ਜਿਹੜੀ ਹੈਗੀ ਆ ਔਰ ਕਿਰ ਲੋਕਿਕ ਤਾਂ ਕਿਰ ਲੋਕ ਮੈਂ ਬਗਾਵਤ ਵਿੱਚ ਹੀ ਸੀ ਆ ਗਈ ਹੈ ਨਾ ਕਿ ਠੀਕ ਹੈ ਮੈਨੂੰ ਇਹ ਰਿਸ਼ਤੇ ਨਹੀਂ ਚਾਹੀਦੇ ਨਾ ਮੈਨੂੰ ਚਾਹੀਦੇ ਨਾ ਮੇਰੇ ਬੱਚੇ ਨੂੰ ਚਾਹੀਦੇ ਆ ਚਾਹੇ ਮੇਰੇ ਆਪਣੇ ਮਾਪੇ ਹੈ ਚਾਹ ਸੌਰਿਆਂ ਵਿੱਚ ਹੈਗੇ ਕੋਈ ਵੀ ਤਰ੍ਹਾਂ ਮੈਨੂੰ ਰਿਸ਼ਤਾ ਨਹੀਂ ਚਾਹੀਦਾ ਇਹ ਜਿਹੜਾ ਯਾ ਨਕਲੀ ਹੈਗਾ ਯਾ ਨਕਲੀ ਹੈਗਾ ਯਾ ਕਿਉਂਕਿ ਮੈਂ ਆਪਣੇ ਬੱਚੇ ਨੂੰ ਚੀਜ਼ਾਂ ਸਖਾਣੀ ਹੈ ਜੋ ਅਸਲੀਅਤ ਹੈਗੀ ਹੈ ਇਸ ਲਈ ਅਥ ਰਿਐਲਿਟੀ ਰਿਐਲਿਟੀ ਹੈਗੀ ਆ ਖੂਨ ਖੂਨ ਹੁੰਦਾ ਆ ਪਰ ਇਹ ਨਹੀਂ ਕਿ ਤੁਸੀਂ ਹਰ ਖੂਨ ਨੂੰ ਆਪਣਾ ਖੂਨ ਮੰਨੋ ਠੀਕ ਹੈ ਤੇ ਮਤਲਬ ਕਿ ਜੋ ਤਰਨਾ ਸਹੀ ਪਰ ਬਿਹੇਵ ਕਰਦਾ بس ਉਹ ਉਹ ਨਾ ਰ ਕੋਲ ਨਹੀਂ بس ਫੈਮਲੀ ਹਰ ਆਪਣਾ ਸਿਖਾਇਆ ਗਿਆ ਨਾ ਕਿ ਚਲੋ ਕੋਈ ਨਹੀਂ ਅੰਡ ਐਂਡ ਫੈਮਲੀ ਫੈਮਲੀ ਹੁੰਦੀ ਆ ਜੀ ਨਹੀਂ ਉਹ ਚੀਜ਼ਾਂ ਮੈਂ ਆਪਣੇ ਬੱਚੇ ਨੂੰ ਨਹੀਂ ਸਿਖਾਈ ਕਿ ਫੈਮਲੀ ਚਲੋ ਠੀਕ ਹੈ ਫੈਮਲੀ ਹੁੰਦੀ ਹੈ ਪਰ ਉਹ ਫੈਮਲੀ ਕੋਲ ਨਹੀਂ ਰੱਖਣੀ ਕਿ ਜਿਹੜੀ ਤੁਹਾਨੂੰ ਸਹਾਰਾ ਵੀ ਨਹੀਂ ਦੇ ਸਕੇ ਮੈਂ ਨਾ ਆਪਣੇ ਮਦਰ ਨੂੰ ਇਹ ਚੀਜ਼ ਸਿਖਾਈ ਹੈ ਪਿਛਲੇ 4-5 ਸਾਲਾਂ ਤੋਂ ਜਰੂਰ ਦੇ ਇੱਥੇ ਆਏ ਕਿ ਮੰਮੀ ਇਕੱਲੇ ਰਹਿਣਾ ਸਿੱਖੋ ਹਮ ਸਾਡੇ ਮਦਰ ਨੂੰ ਸਾਡੇ ਕਿਸੇ ਨੂੰ ਆਤ ਹੀ ਨਹੀਂ ਹੈਗੀ ਪਤਾ ਹੀ ਨਹੀਂ ਕਿ ਕਿਉਂ ਤਾਂ ਕਿ ਨਹੀਂ ਹੁੰਦਾ ਨਾਉ ਵਨ ਸ਼ੀ ਗੋਸ ਟੂ ਇੰਡੀਆ ਐਂਡ ਸ਼ੀ ਟਾਕਸ ਟੂ ਹਰ ਫਰੈਂਡਸ ਨਾ ਤੇ ਦੈਨ ਸ਼ੀ ਲਾਈਕ ਯਾਰ ਮੇਰੇ ਮੁੰਡੇ ਨੇ ਮੈਨੂੰ ਕਿਹਾ ਸੀਗਾ ਤੇ ਮੈਨੂੰ ਚੀਜ਼ ਉਹ ਕੱਲੇ ਫਿਲਮ ਦੇਖਣ ਚਲ ਜਾਂਦੇ ਕੱਲੇ ਖਾਣ ਪੀ ਚਲ ਜਾਂਦੇ ਜਿਹੜਾ ਬੰਦੇ ਮਤਲਬ ਤੁਸੀਂ ਬਣਾਓ ਆਪਣੇ ਆਪ ਨੂੰ ਨਿਸਾਰ ਕਰ ਦੋਗੇ ਆਪਣੇ ਬੰਦੇ ਤੇ ਬਟ ਸੈਲਫ ਲਵ ਬੈਲਾ ਕਿ ਹਾਂਜੀ ਕਿ ਸੈਲਫ ਲਵ ਜ਼ਰੂਰੀ ਹੈ ਸੈਲਫ ਲਵ ਹੋਣਾ ਬਹੁਤ ਜ਼ਰੂਰੀ ਹੈ ਯਾ ਐਂਡ ਥੈਟ ਆਮ ਵੈਰੀ ਪ੍ਰਾਊਡ ਆਫ ਯੂ ਜੈਸੀ ਕਿ ਮੈਂ ਐਵੇਂ ਪੋਡਕਾਸਟ ਨਹੀਂ ਕਰ ਰਿਹਾ ਯੂ ਆਰ a really great person te badi ik na oh tade to feeling aandi jehda khende ne ki 1.5 lakh se ek ladao de aa jao tan main daati haan acha main daach mein hai gi ha nai 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 very mainu mainu bahut changa lagda hai i have because i move around in a circle where people where women like empowered women ਉਹ ਚੀਜ਼ ਮੈਨੂੰ ਦੇਖਣ ਨੂੰ ਮਿਲਦੀ ਕਿ ਸਮਾਧਮਾ ਸਿੰਗਲ ਮਦਰ ਸਮਾਧਮਾ ਡਿਵੋਰਸ ਹਾਲਾਤ ਕਿਉਂਕਿ ਹਾਲਾਤ ਕਿਸੇ ਦੇ ਵੀ ਕਿੱਦਾਂ ਦੇ ਹੋ ਸਕਦੇ ਦੱਬਣਾ ਨਹੀਂ ਚਾਹੀਦਾ ਨਹੀਂ ਦੱਬਣਾ ਚਾਹੀਦਾ ਹੁਣ ਮੇਰੀ ਇਸ ਗੱਲ ਤੇ ਮੈਨੂੰ ਹੀ ਚਾਹਤ ਬੈਕਲੈਸ ਆਵੇ ਕਿ ਤੂੰ ਇਦਾਂ ਕਹਿ ਰਹੇਂ ਕਿ ਪੁਰਾਣੇ ਟਾਈਮ ਵਿੱਚ ਹੁੰਦਾ ਹੀ ਸੀਗਾ ਪੁਰਾਣੇ ਟਾਈਮ ਵਿੱਚ ਕਈ ਕੁਝ ਸੀਗਾ ਕਿ ਜਿਹੜਾ ਹੁਣ ਨਹੀਂ ਹੈਗਾ ਯਾ ਨੋ ਕਿ ਤੁਹਾਨੂੰ ਤੁਹਾਨੂੰ ਆਪਣੀ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਕਿ ਬੇਟੀ ਪੜ ਲਿਖ ਇੰਡੀਪੈਂਡੈਂਟ ਹੋ ਤੇ ਜਿਹਦੇ ਘਰੇ ਜਾਣਗੀ ਉਹਨੂੰ ਵੀ ਚਾਰ ਚੀਜ਼ਾਂ ਤੋਂ ਆਪ ਮਤਲਬ ਕਰਕੇ ਦਿਖਾਏਗੀ ਕੱਲੀ ਰੋਟੀ ਗੋਲ ਹੋਣਾ ਨਹੀਂ ਯੂ نو ਕਿ ਤੁਸੀਂ ਹਾਂਜੀ ਰੋਟੀ ਗੋਲ ਹੋ ਗਈ ਬੈਗਰਾ ਦੋ ਚੀਜ਼ਾਂ ਸਿਖਾਓ ਦੇਖਣੀ ਚਾਹੀਦੀ ਮੈਂ ਰੋਟੀਆਂ ਬਣਾਉਂਦੀ ਮਤਲਬ ਵਿਆਹ ਹੋ ਜਾਂਦਾ ਹੈ ਨਾ ਕਿ ਤੁਸੀਂ ਇੱਕ ਚਲੋ ਠੀਕ ਹੈ ਇੱਕ ਹੁੰਦਾ ਨਾ ਮਾਵਾਂ ਦਾ ਕਿ ਬਹੁਤ ਸਾਡਾ ਸਾਡੇ ਕੋਲ ਹੀ ਰਵੇ ਜੀ ਵੋਟੀ ਦਾ ਵੀ ਹੋਣਾ ਚਾਹੀਦਾ ਨਾ ਵਿਆਹ ਕੀਤਾ ਹੈ ਠੀਕ ਹੈ ਉਹ ਸਾਡਾ ਅਗਰ ਵੋਟੀ ਦੇ ਨਾਲ ਹੈਗਾ ਹੈ ਤੇ ਇਹਨਾਂ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਆਪਣੇ ਕੋਲ ਵਾਪਸ ਖਿੱਚ ਜਾਓ ਯਾ ਕਾਦੇ ਮਸਲੇ ਹੁੰਦੇ ਆ ਉਹ ਸਾਰੇ ਸਾਂਝੇ ਕਰਕੇ ਰੱਖੋ ਇੱਕ ਦੇ ਉੱਪਰ ਕਦੀ ਵੀ ਬੋਝ ਨਾ ਪਾਓ ਕਦੀ ਵੀ ਇੱਕ ਬੱਚੇ ਦੇ ਉੱਪਰ ਬੋਝ ਨਾ ਪਾਓ ਕਿਸੇ ਦਾ ਵੀ ਤੁਸੀਂ ਉਹ ਸਾਰੇ ਔਰਲ ਮਿਲ ਕੇ ਕਰੋ ਜਦੋਂ ਬੋਝ ਇੱਕ ਜਾਨੇ ਤੇ ਪੈਂਦਾ ਨਾ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਰ ਉਹ ਫਿਰ ਕਹਿੰਦੇ ਇਹਨੂੰ ਕੀ ਹੋ ਗਿਆ ਉਹ ਤੁਹਾਨੂੰ ਅੰਦਰੋਂ ਅੰਦਰ ਹੀ ਟੀਕਾ ਜਾਂਦੀ ਹੈ ਡਿਪਰੈਸ਼ਨ ਜਿਹੜੀ ਹੈਗੀ ਹੈ ਨਾ ਸਭ ਤੋਂ ਵੱਡੀ ਬਿਮਾਰੀ ਮੈਂ ਕਹਾਂਗੀ ਕਿਉਂਕਿ ਅਸੀਂ ਖੁਦ ਫੇਸ ਕੀਤੀ ਹੈ ਮੇਰੇ ਹਸਬੰਦ ਨੇ 5 ਸਾਲਾਂ ਦੀ ਪਿਛਲੇ ਜਦੋਂ ਬਿਫੋਰ ਹੀ ਐਕਸਪਾਇਰ ਉਹਨਾਂ ਨੂੰ ਡਿਪਰੈਸ਼ਨ ਹੋ ਗਿਆ ਸੀਗਾ ਕਾਫੀ ਮੈਡੀਕੇਸ਼ਨਸ ਦੋਨਾਂ ਨੇ ਟਰੀਟਮੈਂਟਸ ਵੀ ਕੀਤੀਆਂ ਇੰਡੀਆ ਟਰੀਟਮੈਂਟ ਕੀਤੀਆਂ ਪਰ ਫੈਮਿਲੀ ਇਹ ਚੀਜ਼ ਨੂੰ ਸਮਝੀ ਨਹੀਂ ਕਰਦੀ ਵੀ ਕਿ ਉਹਨੂੰ ਕੋਈ ਠੀਕ ਹੋਇਆ ਸੀਗਾ ਉਸ ਉਸ ਉਹ ਟੂ ਵੇ ਕਾਲ ਜਨਰੇਸ਼ਨ ਨੂੰ ਉਹਨਾਂ ਨੂੰ ਪਤਾ ਹੀ ਮਤਲਬ ਮੈਂ ਇਹ ਨਹੀਂ ਕਹਿੰਦਾ ਮੁਸ਼ਕਿਲਾਂ ਉਹਨਾਂ ਦੇ ਟਾਈਮ ਤੇ ਵੀ ਸੀਗੀਆਂ ਪਰ ਡਿਪਰੈਸ਼ਨ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਕੀ ਡਿਪਰੈਸ਼ਨ ਕਿ ਮਤਲਬ ਹੈ ਹੀ ਨਹੀਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਸੀ ਕਿਉਂਕਿ ਉਹਨਾਂ ਤੇ ਉਹ ਦੋ ਬੱਚੇ ਵੀ ਸੀਗੇ ਜਿਹੜਾ ਜੋ ਪ੍ਰੋਬਲਮ ਸਿੱਗੀਆਂ ਉਹ ਸਾਨੂੰ ਮੇਰੇ ਹਸਬੰਡ ਨੂੰ ਸੋਲਵ ਕਰਨੀਆਂ ਪੈਂਦੀਆਂ ਸਿੱਗੀਆਂ ਤਾਂ ਜੋ ਉਹਨਾਂ ਦੇ ਦੂਜੇ ਬੱਚਿਆਂ ਨੂੰ ਉਹ ਸੁਖੀ ਰਹਿਣ ਅਸੀਂ ਵੀ ਤੇ ਬੈਠੇ ਆ ਨਾ ਤੋਂ ਉਹ ਜੋ ਪ੍ਰੋਬਲਮਸ ਆਉਂਦੀਆਂ ਫਿਰ ਹਸਬੰਡ ਕੀ ਕਰਦਾ ਆ ਉਹ ਫਿਰ ਜਿਹੜਾ ਐਂਗਰ ਆ ਕੇ ਤੇ ਨਿਕਲਦਾ ਆ ਘਾਰ ਵਾਲੀ ਤੇ ਨਿਕਲਦਾ ਉਹ ਫਿਰ ਉਹ ਜਿਹੜੇ ਕਲੈਸ਼ਸ ਹੁੰਦੀਏ ਦੋਨੋਂ ਚੀਜ਼ਾਂ ਫਿਰ ਉਹ ਬੰਦਾ ਵਿਆਹ ਵੀ ਕਹਿ ਲੋ ਬਚਾਉਣ ਦੀ ਕੋਸ਼ਿਸ਼ ਵੀ ਕਰੇਗਾ ਉਹ ਨਹੀਂ ਬਚਦਾ ਤਾਂ ਇੱਕ ਵਾਰ ਸਗਲਾ ਕਿਉਂਕਿ ਪਿਛੇ ਹੱਤਕੇ ਦਾ ਆ ਵੱਡਿਆਂ ਦਾ ਵੱਡਿਆਂ ਦਾ ਕੋਈ ਵੀ ਹੋ ਸਕਦਾ ਕਿਸੇ ਵੀ ਹੋ ਸਕਦਾ ਪਰ ਚਲੋ ਉਹ ਸ਼ੈਡੋ ਹੁਣ ਤੁਸੀਂ ਮੈਨੂੰ ਦੱਸੋ ਤੁਹਾਨੂੰ ਤੁਹਾਨੂੰ ਕੀ ਲਾਈਕ ਵਾਟ ਡੂ ਯੂ ਲਾਈਕ ਟੂ ਈਟ ਪ੍ਰੋਟ ਹੈ ਦਾ ਲਵਾ ਕੀ ਖਾਂਦੇ ਦਾ ਵਾਟ ਇਜ਼ ਲਾਈਕ ਕੰਟੀਨੈਂਟਲੀ ਆਹ ਉਹ ਤੇਨੋ ਕਜ਼ਾ ਸਵਾਲ ਆ ਗਿਆ ਆਹ ਬਿਕ ਪੀਜ਼ਾ ਤਾਂ ਆਪਾਂ ਸਾਰੇ ਖਾਂਦੇ ਖਾਂਦੇ ਆ ਪਾਸਟਾ ਵੀ ਆਪਾਂ ਜੈਲੀ ਹੋ ਗਿਆ ਯੈਸ ਜੈਲੀ ਹੋ ਗਿਆ ਆਈ ਲਵ ਚਿਕਨ ਤੋਰੀਆਕੀ ਤੋਰੀਆਕੀ ਆਈ ਲਵ ਚਿਕਨ ਤੋਰੀਆਕੀ ਆਈ ਵਾਸ ਪ੍ਰੈਗਨੈਂਟ ਵਿਦ 뎀 ਰਾਈਟ ਉਹ ਰਮਨ ਨੂੰ ਕ੍ਰੇਵਿੰਗ ਸੀ ਚਿਕਨ ਤੋਰੀਆਕੀ ਦੀ ਅੰਮ੍ਰਿਤਿੰਦ ਸੀਗੀ ਉਹ ਖਾਂਦਾ ਹੁਣ ਏ ਖਾਂਦਾ ਨਹੀਂ ਨਾ ਪਰ ਮੈਂ ਅੱਜ ਵੀ ਖਾ ਰਹੀ ਆ। ਯਾਹ ਹੋਉਂ ਨਹੀਂ ਨਹੀ ਹੈਗਾ ਪਰ ਮੈਨੂੰ ਉਹ ਜ਼ਿਆਦਾ ਉਸ ਚੀਜ਼ ਦੀ ਜ਼ਿਆਦਾ ਕ੍ਰੇਵਿੰਗ ਹੁੰਦੀ ਸੀ इवन दो ਜੰਕ ਫੂਡ ਹੈਗਾ ਖਾਣਾ ਨਹੀਂ ਚੈਦਰ ਇਟਸ ਨਾਟ ਹੈਲਦੀ ਫॉर ਯੂ ਪਰ ਮੈਂ ਜੰਕ ਖਾਦਾ ਹਾਂ ਚਲੋ ਅੱਜ ਤੁਹਾਨੂੰ ਆਪਾਂ ਖਵਾਣੇ ਬੈਸਟ ਥਿੰਗ ਇਨ ਦ ਵਰਲਡ ਇਨ ਯੂ ਐਸ ਇਨ ਸिएटल ਇਨ ਦ ਮੂਨਸ ਓਕੇ ਇਹ ਬਹੁਤ ਉੱਤੋਂ ਥੱਲੇ ਆ ਗਿਆ ਸੀ ਪਰ ਸਾਡੇ ਕੋ ਸਪੌਂਸਰ ਨੇ ਇੰਡੀਅਨ ਬੀਸਟਰ ਤੇ ਇਹਨਾਂ ਵੱਲੋਂ ਸਾਨੂੰ ਫੂਡ ਆਂਦਾ ਉਹ ਕਹਿੰਦੇ ਹੁੰਦੇ ਕਿ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਉਹ ਆਣ ਇੱਥੇ ਤੇ ਖਾਣ ਤੇ ਸਾਡਾ ਦੋਸਤ ਅੰਗਰ ਲੈ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਲ ਸਾਫ ਥੈਂਕ ਯੂ ਜੀ ਤੁਹਾਨੂੰ ਇਸੇ ਖੁਸ਼ੀ ਦੇ ਵਿੱਚ ਇੱਕ ਜੈਕਟ ਮਿਲੀ ਜੈਕਟ ਤੁਹਾਨੂੰ ਮਿਲ ਗਈ ਹੈ ਜੈ ਜੈਸੀ ਜੀ ਪਲੀਜ਼ ਹੈਵ ਅ ਬਾਈਟ ਸ਼ੋਰ ਇਹਨੂੰ ਆਪਣੇ ਕੋਲ ਹੀ ਲਿਓ ਨਹੀਂ ਤਾਂ ਤੁਹਾਡਾ ਐਂਗਲ ਖਰਾਬ ਹੋ ਜਾਣਾ ਆਈ نو ਮੈਂ ਵੀ 5 6 ਪੌਡਕਾਸਟ ਦੇਖ ਕੇ ਇਹਨਾਂ ਸਭ ਨੂੰ ਸਮਝ ਆ ਗਈ ਲੁਕਸ ਐਕਚੁਅਲੀ স্মੈਲਸ ਗੁੱਡ ਓ ਹੋ 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 टू गोडा कम आई एम लुकिंग फॉर द स्मॉलेस्ट बाइट व्हाई व्हा मैं तो ए एसएमआर बना सकता थी वीडियो जितनी स्वाद अच्छी थी है मैं हर पॉड का से एक पीस खाना ना मैं दो खाते बहुत स्वाद है बढ़िया मैं मछली खांदी नहीं आई डोंट लाइक सी फूड बट यू गॉट व्हाट आई गॉट चिकन चिकन स्वाद लगा अच्छा लगा ओके सो व्हाट वी हैव राइट हियर इज फ्रॉम इंडियन बिस्ट्रो ਫੋਰ ਟੂ ਪੀਪਲ ਆਹ ਸੌਰੀ ਸੋ ਇਹ ਹੈਗਾ ਪਰਮਜੀਤ ਭਾਜੀ ਵੱਲੋਂ ਸੋ ਦਿਸ ਇਜ਼ ਫੋਰ ਯੂ ਐਂਡ ਯੋਰ ਸਪੈਸ਼ਲ ਵਨ ਤੁਸੀਂ ਜਾਓ ਤੇ ਉੱਥੇ ਜਾ ਕੇ ਖਾਣਾ ਖਾਓ ਤੇ ਜਿੰਨਾ ਮਰਜ਼ੀ ਖਾਣਾ ਖਾਓ ਉਹ ਵਧੀਆ ਅਨਲਿਮਟਿਡ ਆਫ ਕੋਰਸ ਐਂਡ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪਰਮਜੀਤ ਭਾਜੀ ਯਪ ਪਰਮਜੀਤ ਭਾਜੀ ਇੰਡੀਅਨ ਬਿਸਟਰੋ ਵਾਲੇ ਇਹ ਮੈਨ ਲੱਗਦਾ ਮੈਂ ਆਪਣੇ ਫਾਇਦੇ ਲਈ ਹੀ ਕਰਾਈ ਇਹਨਾਂ ਤੋਂ ਸਪਾਂਸਰਸ਼ਿਪ ਕਿ ਜਦੋਂ ਆਂਦਾ ਖਾਣਾ ਪਰ ਅੱਜ ਕੇ ਖਾਈਦਾ ਮੈਂ ਤੇ ਸਵਾਦ ਲਈਦਾ ਕੋਦੀਆ ਨਾ ਪਿੱਛੇ ਖਾਣਾ ਕੋਈ ਮੋੜਦਾ ਨਹੀਂ ਹੈਗਾ ਪੰਜਾਬੀ ਤਾਂ ਖਾਸ ਕਰਕੇ ਨਹੀਂ ਮੋੜਦੇ ਨਾ ਉਹ ਆਪ ਹੀ ਬਹੁਤ ਚੰਗੇ ਯਾਰ ਉਹਨਾਂ ਨੂੰ ਉਹਨਾਂ ਨੂੰ ਕਹਿ ਦੋ ਕਿ ਪਾਜੀ ਭੁੱਖ ਲੱਗੀ ਉਹਨਾਂ ਕਣ ਆਜੋ ਉਹਨਾਂ ਨੂੰ ਕਹਿ ਵੀ ਦੋ ਪਾਜੀ ਪੈਸੇ ਲੈ ਲਓ ਕਿੰਨੇ ਦੇ ਚਲੋ ਇਕੱਠੇ ਚੱਲਦੇ ਆ ਨੈਕਸਟ ਨਹੀਂ 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 ਤੋ ਵੀ ਮੈਂ ਤਾਂ ਖਾਣਾ ਰਹਿਣਾ ਤੂੰ ਹੀ ਕੋਹ ਨੂੰ ਲੈ ਕੇ ਜਾਇਓ ਉਹਨੂੰ ਲੈ ਕੇ ਜਾਇਓ ਅਰਸ਼ ਨੂੰ ਲੈ ਕੇ ਜਾ ਉਹ ਆਈ ਰੀਲੀ ਬੀ ਸ਼ੋਰ ਇੰਡੀਅਨ ਖਾਣਾ ਚਾਜਦਾ ਖਾਂਦਾ ਪਰ ਤੁਸੀਂ ਹੁਣ ਰਹਿਣੇ ਵੀ ਤਾਂ ਉਹ ਉੱਥੇ ਹੁਣ ਨਾ ਯਾ ਉਹ ਉਹ ਨਹੀਂ ਹੁਣ ਤੁਹਾਨੂੰ ਜਿੱਦਾਂ ਦੇਸੀ ਤੁਹਾਨੂੰ ਕਲਾਇੰਟ ਆਂਦੇ ਆ ਉਹ ਮੋਸਟਲੀ ਇਟਨਿਨ ਦੇ ਜਿਆਦਾ ਸੈਟਲਕੈਂਟ ਸੈਟਲ ਦੇ ਆਂਦੇ ਆ ਸੈਟਲ ਦੇ ਆਂਦੇ ਆ ਯਾ ਸੈਟਲ ਬੈਲਵਿਊ ਬੋਟਲ ਗੈਸ ਦਾ ਚਾਰਜ ਕਰਨ ਲੱਗ ਕਿ ਨਹੀਂ ਮੈਂ ਐਕਚੁਅਲੀ ਹਾਂ ਟਰੈਵਲ ਚਾਰਜਸ ਮੈਂ ਪਾਣੀ ਪਾਣੀ ਹਾਂ ਹੋਰ ਮੈਂ ਪਾਣੀ ਹੀ ਪਹਿਲਾਂ ਨਹੀਂ ਪਾਂਦੀ ਸੀ ਹਮ ਮੈਂ ਸਿੱਖਿਆ ਵੀ ਕਹਿੰਗੇ ਭਲਾਂ ਲੈ 60 60 ਮਾਈਲ ਡਰਾਈਵ ਕਰਕੇ ਜਾਣਾ ਕੁਝ ਨਹੀਂ ਹੁੰਦਾ ਸੀਗਾ ਤੇ ਵੀ ਉਹ ਰੋ ਕੱਟ ਮੈਂ ਆਪਣੀ ਰੱਖੀ ਸੀਗੀ ਫਿਰ ਕਿ ਨਹੀਂ ਆ ਮੇਰਾ ਬੰਦਾ ਕੀ ਪਿਆ ਦੇ ਵਿੱਚ ਕੁਝ ਵੀ ਨਹੀਂ ਸਹੀ ਗੱਲ ਹੈ ਸੋ ਹਰ ਚੀਜ਼ ਤੇ ਪੈਸੇ ਖਰਚ ਲੈਂਦੇ ਸੀ ਹਰ ਚੀਜ਼ ਤੇ ਜਦੋਂ ਦੇਣ ਹੁੰਦੇ ਨੇ ਕਹਿਣੇ ਨਹੀਂ ਜੀ ਕੰਜੂਸੀ ਕਰ ਜਾਂਦੇ ਆ ਸਾਡੀ ਦੇਸੀਆਂ ਦੀਆਂ ਜਾ ਘਟਾ ਲਓ 100 ਘਟਾ ਲਓ ਦੇਸੀਆਂ ਦੀ ਆਦਤ ਹੈਗੀ ਆ ਉਹਨਾਂ ਨੇ ਕਹਿਣਾ ਕਿ ਅਸੀਂ ਤਾਂ ਥੋੜਾ ਜਿਹਾ ਮੇਕਅਪ ਕਰਾਣਾ ਹੈ ਥੋੜੇ ਜਿਹਾ ਇਸ ਇਸੀ ਕੀ ਘੱਟ ਕਰ ਸਕਦੇ ਆ ਜਾਂ ਤਾਂ ਕਹਿੰਗੇ ਕਿ ਉਹ ਅਸੀਂ ਆਪਣਾ ਮੇਕਅਪ ਯੂਜ਼ ਕਰ ਲਾਂਗੇ ਹੈਨਾ ਤੁਸੀਂ ਚਾਰਜਸ ਕੱਟ ਕਰ ਦਿਓ ਤੁਸੀਂ ਕਿਉਂ ਨੈਕਸਟ ਟਾਈਮ ਆਉਂਗੀ ਤੁਸੀਂ ਪੈਸੇ ਕੱਟਦੇ ਹੋ ਮੈਂ ਪਰ ਬਰਸ਼ ਤੇ ਦੋ ਹੀ ਮਾਰਨੇ ਪਰ ਤਾਂ ਇਹ ਪ੍ਰੋਡਕਟ ਜਿਹੜੇ ਹੈਗੇ ਠੀਕ ਹੈ ਉਹ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਰਾਈ ਤੇ ਮੈਂ ਆਪਣਾ ਕੰਮ ਦੇਖਣਾ ਹੈਗਾ ਉਹ ਤੁਹਾਨੂੰ ਇਹ ਵੀ ਕਹਿੰਦੇ ਹੋਣਗੇ ਕਿ ਪੈਸੇ ਕਟਾ ਲਓ ਕਿ ਕੋੜਾ ਕੋੜਾ ਜੀ ਇੱਕ ਦੋ ਇੱਕ ਕਲਾਇੰਟਸ ਇਦਾਂ ਦੇ ਸੀਗੇ ਕਿ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਪੈਸੇ ਕੱਟ ਕਰ ਲਓ ਅਸਤੇ ਮੇਰੇ ਪ੍ਰੋਡਕਟ ਯੂਜ਼ ਕਰ ਲਈਓ ਹੁਣ ਉਹਦੇ ਵਿੱਚ ਮੈਂ ਤੁਹਾਨੂੰ ਕੀ ਕਹਾਂ ਕਿ ਸੌਰੀ ਮੈਂ ਬਟ ਇਫ ਸਮਥਿੰਗ ਗੋਸ ਰੋਂਗ ਵਿਦ ਦੈਟ ਪ੍ਰੋਡਕਟ ਫਿਰ ਉਹ ਹੀ ਨਾ ਐਟ ਦੀ ਐਂਡ ਕਿਹਦਾ ਹਾਈ ਦਾ ਕੰਮ ਹੈ ਨਾ ਕਿ ਮੇਰਾ ਕੰਮ ਗਲਤ ਹੋਇਆ ਆ ਸੋ ਉਹ ਰਿਸਕ ਮੈਂ ਨਹੀਂ ਲੈਂਦੀ ਫੇਰ ਸੋ ਚੰਗਾ ਬੰਦੇ ਨੂੰ ਨਾ ਹੀ ਬੋਲ ਦੋ ਹਮਮ ਆਈ ਰੈਦਰ ਸੇ ਨੋ ਯੂ ਨਾ ਫਰੰਟ ਰਾਈਟ ਸਿੱਧੀ ਗੱਲ ਹੈ ਐਂਡ ਨਾਓ ਯੂ ਆਰ ਵਰਕਿੰਗ ਇਨ ਸੀਆਟਲ ਤੁਸੀਂ ਸੀਆਟਲ ਏਰੀਆ ਚ ਡੂ ਯੂ ਆਲਸੋ ਟਰੈਵਲ ਫॉर ਵਰਕ ਲਾਈਕ ਮਤਲਬ ਜਦੋਂ ਆਏਗਾ ਕਦੀ ਵੀ ਆਹ ਪੋਰਟਲੈਂਡ ਕੈਲੀਫੋਰਨੀਆ ਇਨ ਐਨੀ ਵੇ ਲਾਈਕ ਯੂ ਆਰ ਗੁੱਡ ਟੂ ਟਰੈਵਲ ਯੈਸ ओके यस आई एम ओपन हुन जेड़ा ग्लैम ग्लोब है जैसी पेज हैगा दैट इज मेन ਟਾਡਾ ਹੱਬ ਹੈ ਉੱਥੇ ਤੁਹਾਨੂੰ ਸਾਰੀਆਂ ਬੁਕਿੰਗਸ ਆਉਂਦੀਆਂ ਨੇ ਤੇ ਉਹ ਆਪਾਂ ਇੱਥੇ ਲਾ ਵੀ ਦਵਾਂਗੇ ਐਟ ਦ ਰੇਟ ਗਲੈਮ ਗਲੋ ਬਾਈ ਜੈਸੀ ਜੇ ਉਹਦੇ ਤੋਂ ਹੈ ਮੇਰੀ ਈਮੇਲ ਵੀ ਹੈਗੀ ਐਂ ਤੇ ਤੇ ਕੀ ਹੈ ਈਮੇਲ ਦਾ ਤਾਂ ਇਨਸਵੀ ਰੀਚ ਆਟ ਕਾਰਸ ਆ ਦੇ ਯਾ ਵਾਸਟ ਈਮੇਲ ਇਟਸ ਜੈਸੀ ਕਾਰ 3@outlook.com ਕੈਨ ਯੂ ਸਪੈਲ ਇਟ ਸੋ ਵੀਲ ਜਸਟ ਵੋਟ ਇਟ ਹੇਅਰ ਜੈ ਐਸ ਐਸ ਆਈ ਈ ਕੇ ਏ ਯੂ ਆਰ 3@outlook.com ਹਾਂ ਤੇ ਪੁੱਠੇ ਸਿੱਧੇ ਮੈਸੇਜ ਨਾ ਕਰਿਓ ਇਹ ਮੈਨੂੰ ਗਾਲਾ ਪਾਉਂਗੇ ਈਮੇਲ ਜਿੱਤੀ ਤੇ ਬੜੇ ਮੇਰੇ ਪੇਜ ਤੇ ਵੀ ਈਮੇਲ ਹੈਗੀ ਹੈ ਉੱਥੇ ਵੀ ਡਾਇਰੈਕਟਲੀ ਈਮੇਲ ਲੇ ਕੇ ਕਲਿਕ ਕਰਕੇ ਸਿੱਧਾ ਮੈਨੂੰ ਮੈਸੇਜ ਕਰ ਸਕਦੇ ਆ ਤੇ ਹੁਣੇ ਲਾਈਕ ਹੋਰ ਅੱਗੇ ਵਾਸ ਦਿ ਪਲਾਨ ਕਿ ਮੇਕਅਪ ਇੱਕ ਬਰਾਇਡਲ ਚੱਲ ਰਿਹਾ ਹੈ ਇੱਕ ਸਾਈਡ ਤੇ ਕਲੈਬੋਰੇਸ਼ਨ ਸਾਲਰੀਆਂ ਬੜੀਆਂ ਬੜਾ ਨੋਨ ਬਰਾਇਡਲ ਬਰਾਇਡਲ ਦੋਨੋਂ ਹੀ ਚੱਲ ਰਹੀਆਂ ਕੋਈ ਵੀ ਇਵੈਂਟਸ ਵੈਡਿੰਗ ਦਾ ਆਂ ਦਾ ਪਿਓ ਵੀ ਹੈ ਸ਼ੂਟਸ ਵੀ ਚੱਲਦੇ ਆ ਸਾਈਡ ਤੇ ਈਵਨ ਫੈਸ਼ਨ ਵੀਕ ਵੀ ਹੁਣ ਸ਼ੁਰੂ ਹੋ ਰਿਹਾ ਹੈ ਉਹ ਹੋ ਚੁੱਕੇ ਐਕਚੁਅਲੀ ਉਹਦੇ ਵਿੱਚ ਵੀ ਮੈਂ ਲਾਸਟ ਈਅਰ ਦੋ ਕਿਤੇ ਸੀਗੇ ਇਵੈਂਟਸ ਅਟੈਂਡ ਤੇ ਹਾਂ ਜਿੱਥੇ ਵੀ ਪੇਡ ਜੌਬ ਹੈਗੀ ਆ ਆ ਗੋ ਫੋਰ ਐ ਬਟ ਨੈਕਸਟ ਈਅਰ ਦਾ ਮੇਰਾ ਇਹ ਹੈ ਕਿ ਮੈਨੂੰ ਬਹੁਤ ਫਰੈਂਡਸ ਨਹੀਂ ਮਿਲੇ ਐਕਚੁਅਲੀ ਜਿਹੜੇ ক্লোਜ਼ ਵੀ ਹੈਗੇ ਆ ਉਹਨਾਂ ਨੇ ਕਿ ਪੁੱਛਿਆ ਕਿ ਬੇਸਿਕ ਮੇਕਅਪ ਕਰਨਾ ਹਾਂ ਨਾ ਉਹ ਕਿਦਾਂ ਕਰਦੇ ਆ ਤਾਂ ਤੁਸੀਂ ਤੁਹਾਨੂੰ ਵੀ ਤੁਸੀ ਸਾਨੂੰ ਸਿਖਾ ਸਕਦੇ ਹੋ ਹਾਂ ਤੇ ਹੁਣ ਇਨਕੁਆਰੀਜ਼ ਆਈਆਂ ਹੈਗੀਆਂ ਤਾਂ ਸੋਚ ਰਹੀ ਹਾਂ ਕਿ ਹਾਂ ਜੀ ਨੈਕਸਟ ਈਅਰ ਸ਼ਾਇਦ ਮੈਂ ਨਾ ਇੱਕ ਕਲਾਸ ਮਤਲਬ ਇੱਕ ਲਗਾਈ ਲਵਾਂ ਦੈਟਸ ਬ੍ਰਿਲੀਅੰਟ ਐਕਚੁਅਲੀ ਸ਼ੁਰੂਆਤ ਤਾਂ ਕਰਨੀ ਪੈਂਦੀ ਕਿਤੇ ਨਾ ਕਿਤੇ ਸੋ ਮੇਬੀ ਬੇਸਿਕ ਮੇਕਅਪ ਤੋਂ ਸਿਖਾਣ ਤੋਂ ਲਾਈਕ ਵਧੀਆ ਰਹੇਗਾ ਦੂਜਾ ਹੈ ਕਿ ਆਈ ਵਾਂਟ ਟੂ ਸਟਾਰਟ ਮਾਈ ਲੈਸ਼ੇਸ ਟੂ ਕਿ ਐਕਸਟੈਂਸ਼ਨ ਮਤਲਬ ਕੀ ਹੁੰਦਾ ਸੌਰੀ ਵਾਟਸ ਸੜੀਆਂ ਪਲਕਾ ਯੂ نو ਉਹ ਚੜੀਆਂ ਤਾਂ ਹੁੰਦੀਆਂ ਉਹ ਨਾਲ ਤੁਸੀਂ ਮਤਲਬ ਲਾ ਕੇ ਦੋਗੇ ਕਿ ਤੁਸੀਂ ਖਾਓਗੇ ਲੋਕਾਂ ਨੂੰ ਨਹੀਂ ਨਹੀਂ ਲਗਾਉਣ ਵਾਲੀਆਂ ਖਾਓਗੇ ਨਹੀਂ ਉਹਦੇ ਵਾਸਤੇ ਤਾਂ ਫਿਰ ਬਹੁਤ ਲੰਬਾ ਕੋਰਸ ਕਰਨਾ ਪੈਂਦਾ ਪਰ ਇਹ ਵੀ ਹੈ ਕਿ ਮੈਨੂੰ ਮੈਨੂੰ ਇੰਨਾ ਵੇਸੇ ਪਤਾ ਗਲੂ ਵਾਲੀ ਹੁੰਦੀ ਹੈ ਨਾ ਸਾਂਝੀ ਗਲੂ ਹੁੰਦਾ ਹੈ ਪਸ ਸਪੈਸ਼ਲ ਗਲੂ ਹੁੰਦੇ ਆ ਸਟ੍ਰਿਕਸ ਐਂਡ ਟ੍ਰਿਪਸ ਨਾ ਨਦ ਇਸ ਕੁਝ ਆਉਂਦਾ ਤਾਨੂੰ ਤੁਸੀਂ ਸਹੀ ਚੰਗੀ ਤਰ੍ਹਾਂ ਕਰੋਗੇ ਤੇ ਪੰਗਾ ਨਹੀਂ ਹੋਏਗਾ ਤਾਂ ਹੀ ਕਹਿੰਦੇ ਵੀ ਸਪੈਸ਼ਲਿਸਟ ਕੋ ਜਾਓ ਆਪ ਕਰੇ ਪੰਗੇ ਨਾ ਲੋਕ ਆ ਵੀ ਡਾਇਲੌਗ ਟੁਟਾ ਖੜਾ ਲੋਗੇ maybe you say that's good so you want to or you are going to start I let's man manifest it here oh, i hope yeah. it happens i, I know what's it. going to happen so <laughs> you're going to start your own lashes and you're also going to start teaching makeup, teaching makeup yes theek hai to apne hun bhai sahab <laughs> arsh inna nu leke ki hun tusi ki soch rahe ho he is getting into teens ਹੀ ਇਸ ਗੋਇੰ ਟੂ ਗੈਟ ਇਨਟੂ ਦ ਪੁਆਇੰਟ ਵੇਅਰ ਹੀ ਲਾਈਕ ਮੰਮੀ ਮੈਨੂੰ ਇੱਥੇ ਛੱਡ ਦੇ ਮੇਰੇ ਫਰੈਂਡਸ ਦੇਖਦੇ ਡੋਨਟ ਕਿਸ ਮੀ ਮੈਂ ਹਜੇ ਸੋਚ ਵੀ ਨਹੀਂ ਸਕਦੀ ਇਹਨੂੰ ਕੱਲਿਆਂ ਛੱਡਣਾ ਹੋਰ ਮੈਨੂੰ ਕਈ ਵਾਰੀ ਅਰਲੀ ਮਾਰਨਿੰਗ ਆਂਦੀ ਹੈ ਮੇਰੇ ਕਲਾਇੰਟਸ ਆਂਦੇ ਕਿ ਆ 4 ਵਜੇ 5 ਵਜੇ ਦਾ ਮੇਕਅਪ ਹਾਂਜੀ ਇਹ ਮੇਰੇ ਨਾਲ ਉੱਠ ਕੇ ਜਾਂਦਾ ਹੈ ਨਾਲ ਜਾਂਦਾ ਨਹੀਂ ਆ ਮੈਂ ਨਾਲ ਲੈ ਕੇ ਜਾਂਦੀ ਆ ਵਿਚਾਰਾ ਦੱਸ ਹਾਂ ਕਰੇ ਨਹੀਂ ਛੱਡ ਸਕਦੀ ਕਿਸੇ ਦੇ ਉੱਪਰ ਡਿਪੈਂਡ ਨਹੀਂ ਹੈਗੀ ਆ ਨਾ ਤਾਂ ਬਟ ਲਾ ਲਾਈਕ ਲੀਗਲੀ ਯੂ ਕੈਨਟ ਕਿ ਤੁਹਾਡਾ ਆਪਣਾ ਦਿਲ ਨਹੀਂ ਮੰਨਦਾ ਲੀਗਲੀ ਵੀ ਤੁਸੀਂ ਨਹੀਂ ਛੱਡ ਸਕਦੇ ਅਜੇ ਬੱਚਾ 11 ਸਾਲ ਦਾ ਹੈਗਾ ਸੋ ਲੀਗਲ ਏਜ ਆਈ ਥਿੰਕ 16 ਤੇ ਮੇਬੀ ਚੱਲ ਕਰ ਲੈ ਤੁਸੀਂ ਕਾ ਛੱਡ ਸਕਦੇ ਹੋ ਓਕੇ ਪਰ ਮੇਰਾ ਹਜੇ ਦੇਲ 16 ਦੇ ਵੀ ਹੋ ਜਾਏਗਾ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਛੱਡ ਸਕਾਂਗੀ ਕਿਉਂਕਿ ਮਿਸਚੀਵियस ਵੀ ਹੈਗਾ ਯਾ ਆਈ નો ਨਾ ਗੇਮ ਆ ਖੇਡਣੀ ਹੈ ਬੈਠ ਕੇ ਕੁਝ ਹੋਰ ਕਰਨਾ ਨਹੀਂ ਇਹੀ ਹੁੰਦਾ ਮੁੰਡਿਆਂ ਦਾ ਅਸੀਂ ਹੁਣ 27 28 ਦੇ ਹੋ ਗਏ ਸਾਡਾ ਉਹ ਲੱਗੀ ਗੇਮ ਤੁਹਾਨੂੰ ਇਹੀ ਹੁੰਦਾ ਕਰੇ ਛੱਡਦੇ ਗੇਮ ਛੱਡਦੇ ਹੁੰਦਾ ਨਾ ਕਿ ਤੁਸੀਂ ਸਟੋਰੀ ਟਾਲੇ ਟਾਲੇ ਸੁਣਦੇ ਹੋ ਕੁਝ ਹੋ ਗਿਆ ਬ੍ਰੇਕਿੰਗਸ ਹੋ ਗਈ ਸੋ ਚੋ ਚੋ ਚੀਜ਼ਾਂ ਦਿਮਾਗ ਚ ਆਂਦੀਆਂ ਨਾ ਤੇ ਫਿਰ ਮੈਨੂੰ ਹੁੰਦਾ ਕਿ ਨਹੀਂ ਡਰ ਲੱਗਦਾ ਕਿ ਨਹੀਂ ਕੱਲੇ ਨੂੰ ਨਹੀਂ ਮੈਂ ਛੱਡ ਸਕਦੀ ਜਿੱਥੇ ਜਾਣਾ ਮੇਰੇ ਨਾਲ ਚੱਲੇ ਯੈਸ ਤੇ ਪਲਾਨ ਇੱਥੇ ਹੀ ਹੁਣ ਸ ਫਿਲਹਾਲ ਦੇ ਸੈਟਲ ਜੀ ਹੈ ਮੇਰਾ ਦਿਲ ਤਾਂ ਜੀ ਸੈਟਲ ਜੀ ਹੈ ਮੀ ਮੀ ਪਸੰਦ ਮੀ ਨਾ ਤਾਂ ਦੋਸਤੀ ਪੈ ਚੁੱਕੀ ਹੈ ਪੈਸੇ ਤਾਂ ਹੋਤੇ ਨਹੀਂ ਨਹੀਂ ਯਾ ਅਰिजਨਲੀ ਸਾਨੂੰ ਨਾ ਮੈਂ ਨਿਊ ਜਰਸੀ ਤੋਂ ਆ ਗਈ ਹਾਂ ਪਤਾਈਸ਼ ਪਤਾਈਸ਼ ਮੇਰੇ ਇੰਡੀਆ ਦੀ ਹੈ ਪੰਜਾਬ ਦੀ ਹੈ ਤੇ 13 ਸਾਲ ਦੀ ਸੀਗੀ ਜਦੋਂ ਅਸੀਂ ਇੱਥੇ ਯੂ ਐਸ ਚ ਆਏ ਆ ਮੇਰੀ ਫੈਮਲੀ ਸੀ ਸਾਡੀ ਮੇਰੇ ਹੋਟ ਚਾਚਾ ਜੀ ਨਹੀਂ ਚਾਚਾ ਇਹ ਤਾਂ ਸਾਡੇ ਪਹਿਲਾਂ ਹੀ ਸੀਗੇ ਤਾਇਆ ਜੀ ਦੀ ਫੈਮਲੀ ਤੇ ਦੋ ਹੋਰ ਭੂਆ ਸੀਗੀਆਂ ਤਾਂ ਅਸੀਂ ਚਾਰ ਫੈਮਲੀਆਂ ਇੰਡੀਆ ਤੋਂ ਇਕੱਠੇ ਆਏ ਸੀ ਸੋ ਯੂ ਆਰ ਵੈਰੀ ਫੈਮਿਲੀਅਰ ਵਿਦ ਦਾ ਕਲਚਰ ਕੀ ਚਾਲ ਦਾ ਪਤਾ ਹਾਂ ਜੀ ਓਕੇ ਕਿਉਂਕਿ ਅਹੀਂ ਤਾਂ 18-20 ਸਾਲ ਦੇ ਆਏ ਹਾਂ ਤਾਂ ਫਰੈਸ਼ ਫਰੈਸ਼ ਯੂ نو ਫਰੈਸ਼ ਆ ਦਾ ਬੋਟ ਨਹੀਂ ਨਾ ਤਾਂ ਉਹ ਤਾਂ ਸਭ ਪਤਾ ਹੈ ਹਮ ਸਾਡੇ ਪੇਰੈਂਟਸ ਨੇ ਸਾਨੂੰ ਜੋੜ ਕੇ ਰੱਖਿਆ ਆਪਣੀ ਯੂ نو ਪੰਜਾਬੀ ਦੇ ਨਾਲ ਵੀ ਲੈਂਗੁਏਜ ਨਾਲ ਗੁਰਦੁਆਰੇ ਸਾਹਿਬ ਵੀ ਜਾਂਦੇ ਰਹੇ ਇਕੱਠੇ ਸ਼ੁਕਰ ਜਾਨੀ ਅਹੀਂ ਤਾਂ ਹੁਣ ਵੀ ਜਾਂਦੇ ਆ ਹਾਂ ਜੀ ਹੁਣ ਵੀ ਹੁਣ ਮੈਨੂੰ ਆਦਤ ਹੈ ਕਿ ਇਹ ਪੈ ਗਈ ਕਿ ਚਲੋ ਬੱਚੇ ਦੇ ਨਾਲ ਹੁਣ ਅਸੀਂ ਆਪਣੀ ਜਿਹੜੀ ਲੈਗੇਸੀ ਹੈ ਹੁਣ ਗੁਰਦੁਆਰੇ ਦੀ ਵੀ ਯੂ نو ਸਿੱਖੀ ਜਨ ਨੂੰ ਵੀ ਅਸੀਂ ਆਪਣੇ ਬੱਚਿਆਂ ਵਿੱਚ ਵੀ ਉਹ ਅੱਗੇ ਗਾਂਹ ਦੋਰਨਾ ਹੈ ਰਾਈਟ ਐਗਜ਼ਾਮਪਲ ਬੇਸਿਕਲੀ ਜੇ ਤੂੰ ਹੀ ਕਰਦਾ ਹੈ ਅਗਲਾ ਕਰੇਗਾ ਯੈਸ ਮੰਗਾ ਸੀ ਨਹੀਂ ਕਰਾਂਗੇ ਤੇ ਬੱਚਾ ਸਾਡਾ ਨਹੀਂ ਜਾਏਗਾ ਗੁਰਦੁਆਰੇ ਉਹਨੂੰ ਨਹੀਂ ਪਤਾ ਹੋਏਗਾ ਗੁਰਦੁਆਰੇ ਕੀ ਕਰਦੇ ਆ ਕੀ ਕਿਉਂ ਜਾਂਦੇ ਆ ਅਸੀਂ ਆ ਨਾ ਤਾਂ ਮੈਂ ਚਾਹੁੰਨੇ ਕਿ ਇਹ ਚੀਜ਼ਾਂ ਇਹ ਸਿੱਖੇ ਸਿੱਖੇ ਵੀ ਮੈਂ ਹੁਣ ਬੋਲ ਕੇ ਦੱਸ ਨਹੀਂ ਸਕਦੀ ਇਹਨੂੰ ਦੇਖ ਕੇ ਹੀ ਥੋੜਾ ਯੂ نو ਹੁੰਦਾ ਹੈ ਕਿ ਹਾਂ ਠੀਕ ਹੈ ਮੈਂ ਕਰਾਂ ਇਦਾਂ ਕਰਾਂ ਉਦਾਂ ਬੈਠਾਂ ਤੇ ਉਹ ਸਿੱਖਦਾ ਹੈ ਦੇਖ ਕੇ ਸਿੱਖਦਾ ਹੈ ਹਾਂਜੀ ਐਂਡ THEN ਵੈਰੀ ਇੰਪੋਰਟੈਂਟ ਫੋਰ ਐਨੀਵਨ ਹੂ ਇਸ ਟ੍ਰਾਈਂਗ ਟੂ ਸਟਾਰਟ ਮੇਕਅਪ অর ਐਨੀਵਨ ਹੂ ਇਸ ਅ ਔਮਨ ਐਂਟਰਪ੍ਰੈਨਿਓਰ ਜਿੱਦਾਂ ਤੁਸੀਂ ਆਪ ਹੋ ਜਿਹੜਾ ਟ੍ਰੈਵਲ ਫॉर ਵਰਕ ਰਾਤੀ 11 12 ਵਜੇ ਕਈ ਵਾਰੀ ਕਿਤੇ ਜਾਣਾ ਆਣਾ ਟੈਕਸੀਆਂ 'ਚ ਇਕੱਲੇ ਘੁੰਮਣਾ ਹਾਊ ਡੂ ਯੂ ਡੀਲ ਵਿਦ ਇਟ ਐਂਡ ਇਜ਼ ਇਟ ਸਮਥਿੰਗ ਯੂ ਵਾਂਟ ਟੂ ਸੇ ਕਸ ਆਈ ਆਈ ਥਿੰਕ ਕਈ ਵਾਰੀ ਮੇਰੀ ਕਈ ਇਧਣੇ ਵੀ ਫੀਮੇਲ ਫਰੈਂਡਸ ਨੇ ਦੇਅਰ ਜਸਟ ਕਾਲ ਮੀ ਉਬਰ ਚ ਬੈਕੇ ਯੂ ਨੋ ਕਿ ਫੋਰ ਕਿਦਾਂ ਆਲ ਦਰ ਮੈਂ ਪੁੱਛਦਾ ਨਾ ਤੁਹਾਨੂੰ ਫੋਨ ਲਾਇ ਕਿ ਯਾਰ ਮੈਂ ਗਈ ਸੀ ਮੈਨੂੰ ਡਰ ਲੱਗ ਰਿਹਾ ਸੀ ਸੋ ਇਹ ਹੁੰਦਾ ਦਿਮਾਗ ਦੇ ਵਿੱਚ ਮੈਂ ਉਬਰ ਤਾਂ ਨਹੀਂ ਕਰਦੀ ਖੁਦ ਹੀ ਆਪਣੀ ਡਰਾਈਵ ਆਈ ਡਰਾਈਵ ਮਾਈ ਸੈਲਫ ਹਾਂ ਜੀ ਮੈਂ ਕੋ ਜਾਣੀ ਆ ਪਰ ਹਾਂ ਅਗਰ ਕਿਤੇ ਲੇਟ ਹੋ ਜਾਏ ਫਿਰ ਮੈਂ ਆਪਣੇ ਫਰੈਂਡਸ ਨੂੰ ਮੈਸੇਜ ਚਲਾ ਜਾਂਦਾ ਹੈ ਕਿ ਠੀਕ ਹੈ ਮੈਂ ਕਿੱਥੇ ਆ ਗਈ ਆ ਲੋਕੇਸ਼ਨ ਸ਼ੇਅਰ ਹੋ ਜਾਂਦੀ ਹੈ ਠੀਕ ਹੈ ਕਿ ਕੋਈ ਨਾ ਕੋਈ ਕਿਸੇ ਨੂੰ ਪਤਾ ਹੁੰਦਾ ਹੈ ਕਿ ਮੈਂ ਕਿੱਥੇ ਆ ਗਈ ਆ ਸੋ ਉਹ ਚੀਜ਼ ਤਾਂ ਚਲੋ ਬੰਦੇ ਦਾ ਦਿਮਾਗ 'ਚ ਡਰ ਵੀ ਹੁੰਦਾ ਪਰ ਇਹ ਵੀ ਹੁੰਦਾ ਕਿ ਠੀਕ ਹੈ ਆਪਾਂ ਟੈਕਲ ਕਰ ਲਾਂਗੇ ਨਾ ਕੋਈ ਗੱਲ ਨਹੀਂ ਹਾਂ ਮੈਂ ਹਮੇਸ਼ਾ ਲੋਕੇਸ਼ਨ ਸ਼ੇਅਰ ਕਰਕੇ ਜਾਂਦੀ ਹਾਂ ਜੀ ਤੇ ਇਹ ਲਾਈਕ from a naked eye what you see for from a guy what a guy sees is makeup jiddan da hunda hun mainu tu hi jiddan makeup kita bahut sona koi hor baithega ke makeup kita bahut sona te e tanu kitta farq pata chalda hai ke you know ke hun acha ji bridal di booking hai mai bridal makeup karna hai non bridal da non bridal karna hai basic makeup karna ho basic makeup karna the e kitta matlab how do you makeup actually makeup jada i don't know but the years kafi change ho chuka hai painting hai basically yaar bahut mera jado vyaah hoya si ka 2012 te vich ਉਹ ਮੇਕਅਪ ਜਿਹੜਾ ਕੀਤਾ ਸੀ ਮੇਰੇ ਤੇ ਮੈਂ ਵਿਆਹ ਸਾਡਾ ਇੰਡੀਆ ਚ ਹੋਇਆ ਸੀਗਾ ਹਾਂਜੀ ਤੇ ਮੇਰੇ ਹਸਬੰਦ ਜਦੋਂ ਮੈਂ ਸਟੇਜ ਤੇ ਗਈ ਮੇਰੇ ਹਸਬੰਦ ਨੇ ਮੈਨੂੰ ਖੁਦ ਨਹੀਂ ਪਛਾਨਿਆ ਕਿਉਂ ਕੋਣ ਹੈ ਸ ਆਨੈਸਟੀ ਇਹ ਮੀ ਮਟੀਰੀਅਲ ਬਣ ਗਿਆ ਪਰ ਉਹ ਉਹ ਕਹਿੰਦੇ ਕਿ ਲਾਈਕ ਮਤਲਬ ਦੇਖ ਕੇ ਕਹਿੰਦੇ ਯਾ ਬਹੁਤ ਜ਼ਿਆਦਾ ਹੈਗਾ ਯਾਰ ਮੈਂ ਕੀ ਨਹੀਂ ਪਹਿਨਦੀ ਨਹੀਂ ਨਹੀਂ ਇਤਨੀ ਵੱਡਾ ਤੇ ਉਦੋਂ ਮੈਨੂੰ ਡਰ ਵੀ ਸੀਗਾ ਕਿ ਇੰਡੀਆ ਵਿਆਹ ਕਰਨ ਲੱਗੇ ਆ ਕਿਉਂਕਿ ਤੁਸੀਂ ਜਾਣਦੇ ਨਹੀਂ ਕਿ ਕਿਸੇ ਨੂੰ ਵੀ ਇੱਥੇ ਨਾ ਕੌਣ ਕਿ ਯੂ نو ਕਿਤੇ ਪਾਰਲਰ ਤੇ ਜਾਣਾ ਹੈ ਕਿਦੇ ਕੋ ਨਹੀਂ ਜਾਣਾ ਹੈਗਾ ਠੀਕ ਹੈ ਕਿਸੇ ਨੇ ਰეკਮੈਂਡ ਕੀਤਾ ਕਿ ਅਸੀਂ ਚਲੋ ਜੀ ਓਕੇ ਉੱਥੇ ਕਰਵਾ ਲਿਆ ਹਨਾ ਹੁਣ ਵਿਆਹ ਵਾਲਾ ਮੇਕਅਪ ਜਿੱਦਾਂ ਹੁੰਦਾ ਹੈ ਉਸ ਟਾਈਮ ਤੇ ਜਿਹੜਾ ਸੀਗਾ 11 12 ਸਾਲ ਪਹਿਲਾਂ ਉਹ ਹੁੰਦਾ ਥੋਪਿਆ ਵਾਲਾ ਬਹੁਤ ਕੁਝ ਕਰਨਾ ਹੈਗਾ ਯਾਰ ਪੂਰਾ ਲਾਲੀ ਹੋਣੀ ਚਾਹੀਦੀ ਉਹਨਾਂ ਨੂੰ ਪਤਾ ਨਾ ਮੂੰਹ ਤੇ ਤੌਣ ਚ ਫਰਕ ਹੁੰਦਾ ਸੀ ਫਰਕ ਵੀ ਹੁੰਦਾ ਸੀ ਮੂੰਹ ਚਿੱਟਾ ਤੇ ਤੌਣ ਬਰਾਊਨ ਪਰ ਚਲੋ ਉਹ ਵੀ ਨਾ ਇਦਾਂ ਨਹੀਂ ਹੋਇਆ ਤੇ ਉਹ ਪਰ ਲੇਕਿਨ ਫਿਰ ਵੀ ਮੇਰਾ ਹਸਬੰਦ ਉਸ ਤੇ ਬਹੁਤ ਜ਼ਿਆਦਾ ਸੀਗਾ ਕਿਉਂਕਿ ਉਹ ਮੈਂ ਇੰਨਾ ਮੇਕਅਪ ਕਰਦੀ ਨਹੀਂ ਸੀ ਹੈ ਨਾ ਬਹੁਤ ਲਾਈਟ ਹੁੰਦਾ ਸੀ ਮੇਰਾ ਕਰਨਾ ਕਿ ਹਾਂ ਹਲਕੀ ਹਲਕੀ ਲਾਲੀ ਲਗਾ ਲਈ ਹੈ ਨਾ ਤੇ ਉਹ ਕੀਤਾ ਬਜਰੋ ਨੇ ਅਸਲੀ ਵਿਆਹ ਚ ਦੇਖਿਆ ਹੂ ਤਾਂ ਫਿਰ ਉਹਨਾਂ ਨੂੰ ਘਰ ਨਹੀਂ ਸੀ ਕਿ ਇਹ ਬਹੁਤ ਜ਼ਿਆਦਾ ਹੋ ਗਿਆ ਇਹ ਕੋਣ ਹੈ ਅਹ ਹ ਰਜ਼ਰ ਜ਼ਰੂਰ ਸੈਪਸ਼ਨ ਸੱਡੀ ਸੀਗੀ ਰੱਖੀ ਉਦੋਂ ਕਹਿ ਲੋ ਕਿ ਫਿਰ ਥੋੜਾ ਜਿਆਦਾ ਕਟ ਦਿੱਤੇ ਹਾਂ ਹਾਂ ਕਿ ਠੀਕ ਹੈ ਉਹਨ ਇੱਕ ਕੱਟ ਕਰਿਓ ਫੋਨੀ ਕੱਟ ਹੋ ਗਿਆ ਮੇਰੇ ਕੋਲੋਂ 哦 ਅੱਛਾ ਸਰ ਸਰ ਨਹੀਂ ਸਹੀ ਪਰ ਅੱਜ ਕੱਲ ਜਿਹੜਾ ਮੇਕਅਪ ਹੈਗਾ ਅੱਜ ਕੱਲ ਬਹੁਤ ਸੌਫਟ ਗਲੈਮ ਪਾਲਦੇ ਨੇ ਸੌਫਟ ਗਲੈਮ ਰੇ ਮੂਲ ਸੀਗਾ ਬਫਫ ਗਲੈਮ ਐਂਡ ਇਵਨ ਬ੍ਰਾਈਡਲਸ ਵੀ ਸੌਫਟ ਨੈਚੁਰਲ ਗਲੈਮ ਚਾਹੀਦੀ ਹੈ ਕੁਝ ਜ਼ਿਆਦਾ ਹੈਵੀ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਪਹਿਲਾਂ ਕਲਾਇੰਟਸ ਸੰਡੇ इवन ਉਹ ਹੀ ਹੈ ਵੀ ਉਹਨੇ ਕਿਸ ਤਰੀਕੇ ਦੇ ਕਰਾਣੇ ਆ ਸੋ ਮੇਸ਼ਾ ਮੈਂ ਉਹਨਾਂ ਕੋਲੋਂ ਪਿਕਚਰਸ ਰੈਫਰੈਂਸ ਲਾਨੀਆ ਕਿ ਤੁਹਾਨੂੰ ਕਿਦਰ ਆਲਿਆ ਭਟ ਨੇ ਸਟਾਰਟ ਕੀਤਾ ਮੈਨੂੰ ਲੱਗਦਾ ਆਲਿਆ ਭਟ ਦੀਪਿਕਾ ਪਾਦਕੋਨ ਇੱਕ ਤੀਜੀ ਦਾ ਕਿਹਾ ਸਿਧਾਰਥ ਉਹਦੇ ਹੈ ਕਿਹੜਾ ਕਿਹੜਾ ਅਡਵਾਨੀ

ਮੈਨੂੰ ਲੱਗਦਾ ਕਿ ਹੁਣ ਮੈਂ ਤੁਹਾਨੂੰ ਕਿਸੇ ਦੀ ਫੋਟੋ ਦਿਖਾ ਦਾਂ ਕਿ ਮੈਨੂੰ ਇਦਾਂ ਦਾ ਮੇਕਅਪ ਚਾਹੀਦਾ ਤੁਸੀਂ ਤਾਂ ਅੰਦਰ ਹੁਣ ਡੀਟੇਲ ਚ ਜਾਣਦੇ ਹੋਵੋਗੇ ਨਾ ਤੁਹਾਨੂੰ ਪਤਾ ਚੱਲ ਜਾਂਦਾ ਯਾਰ ਕਿ ਇਹਨੇ ਕੀ ਕੀ ਲਾਇਆ ਹੋਇਆ ਹੁਣ ਉਹ ਅੰਦਾਜ਼ਾ ਤਾਂ ਮੇਲ ਹੀ ਜਾਂਦਾ ਆ ਹਾਂਜੀ ਲੱਗਦਾ ਹੈ I think it's with practice no ਪ੍ਰੈਕਟਿਸ ਕਰ ਕਰ ਕੇ ਚੀਜ਼ਾਂ ਹੁੰਦੀਆਂ ਹਜੇ ਵੀ ਮੈਂ ਬਹੁਤ ਕੁਝ ਹੈਗਾ ਇਸ ਤਰ੍ਹਾਂ ਕਿ ਜਿਹੜਾ ਮੈਂ ਲਰਨ ਕਰਨਾ ਹੈ ਅਜੇ ਡੇਲੀ ਬੇਸਿਸ ਤੇ ਵੀ ਆਪਾਂ ਸਿੱਖਦੇ ਆ ਮੇਕਅਪ ਇੱਕ ਆਰਟ ਹੈ ਨਾ ਉਹ ਚੇਂਜ ਹੁੰਦਾ ਵੀ ਰਹਿੰਦਾ ਟਾਈਮ ਟੂ ਟਾਈਮ ਇਟ ਚੇਂਜਸ ਪਿਛਲੇ 10 ਸਾਲਾਂ ਵਿੱਚ ਬਹੁਤ ਚੇਂਜਸ ਆ ਚੁੱਕੀਆਂ ਹੈ ਇਹ ਜਿਦਾ ਆਰਟ ਚੇਂਜ ਹੁੰਦਾ ਹੈ ਇਟ ਇਜ਼ ਆਰਟ ਰਾਈਟ ਤੁਸੀਂ ਆਪਣੇ ਫੇਸ ਤੇ ਕੈਨਵਸ ਬਣਾ ਰਹੇ ਹੋ ਰਾਈਟ ਫਰੈਸ਼ ਕੈਨਵਸ ਸਭ ਕੁਝ ਡਿਫਰੈਂਟ ਹੈ ਤੁਸੀਂ ਆਪਣਾ ਪੂਰਾ ਹੁਲੀਆ ਚੇਂਜ ਕਰ ਲੈਣੇ ਆ ਅੱਜ ਕੱਲ ਤਾਂ ਲਾਈਕ ਤੁਸੀਂ ਮੇਲ ਫੀਮੇਲ ਦੇ ਵਿੱਚ ਵੀ ਡਿਫਰੈਂਸ ਨਹੀਂ ਲੱਭ ਸਕਦੇ ਜਦੋਂ ਮੇਕਅਪ ਕੀਤਾ ਹੁੰਦਾ ਸੋ ਇਟਸ ਨਾ ਆਰਟ ਯਾ ਯਾ ਕਈ ਵਾਰੀ ਮੈਂ ਮੇਕਅਪ ਕਰਦਾ ਮੇਰੇ ਫਰੈਂਡ ਕਹਿੰਦੇ ਹੁੰਦੇ ਯਾਰ ਤੂੰ ਕਿਉਂ ਕਰਦਾ ਮੈਂ ਕਹਿੰਦਾ ਉਹ ਤਾਂ ਸਟੇਜ ਲਈ ਹੁੰਦਾ ਯਾਰ ਕਿਸ ਲਈ ਇਟ ਇਜ਼ ਵਾਟ ਇਟ ਇਜ਼ ਮੇਕਅਪ ਸਭ ਦੇ ਵਾਸਤੇ ਹੈ ਔਮਨ ਐਂਡ ਮੈਨ ਯੂ ਨੋ ਇਹ ਨਹੀਂ ਕਿ ਹਾਂ ਕਿ ਮੇਕਅਪ ਤੁਹਾਨੂੰ ਡਿਫਰੈਂਸ਼ੀਏਟ ਨਹੀਂ ਕਰਦਾ ਕਿ ਸੀ ਐਸ ਐ ਔਮਨ ਵਾਸਤੇ ਇਹ ਨਹੀਂ ਇਟਸ ਫॉर ਬੋਥ ਪਰਤੀ ਖੁਦ ਨੂੰ ਕਿੰਨਾ ਕੰਫਰਟੇਬਲ ਫੀਲ ਕਰਦੇ ਉਹਦੇ ਵਿੱਚ ਉਹ ਤੁਹਾਡੇ ਤੇ ਹੈ ਯਾ ਨਹੀਂ ਜੈਸੀ ਤਾਂ ਪੀਨਸਿੰਦੇ ਮੈਟਰ ਨਹੀਂ ਕਰਨੇ ਚਾਹੀਦੇ ਓਪੀਨੀਅਨ ਨਹੀਂ ਕਰਨੇ ਚਾਹੀਦੇ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਇਹ ਪੋਡਕਾਸਟ ਮੋਕਨ ਤੋਂ ਪਹਿਲਾਂ ਕਿ ਜੈਸੀ ਵਾਸ ਲਾਈਕ ਰੋਲਿੰਗ ਓਨ ਦਾ ਫਲੋਰ ਲਾਫਿੰਗ ਆਫੇ ਮਸਾ ਚੁੱਪ ਕਰਾਇਆ ਕਿ ਜੈਸੀ ਜੀ ਆਪਾ ਪੋਡਕਾਸਟ ਕਰਨਾ ਮੈਨੂੰ ਲੱਗਾ ਫਿਰ ਉਸੇ ਸਟੇਟ ਤੇ ਆਏ ਉਸੇ ਸਟੇਟ ਤੇ ਜਾ ਰਹੀ ਕਿ ਤੁਹਾਡੇ ਅੱਜ ਤੱਕ ਦੀ ਕੋਈ ਬੈਸਟ ਐਡਵਾਈਸ ਕਿ ਆਈ نو ਆਵ ਬੀਨ ਟੂ ਯੂਰ ਹਾਊਸ ਤੁਹਾਡੇ ਕੋਰਸ ਲੱਗੀਆਂ ਹੋਈਆਂ ਨੇ ਯੂ ਹੈਵ ਡਿਫਰੈਂਟ ਥਿੰਗਸ ਉਹ ਤੋਂ 2-3 ਤੱਕ ਕੋਰਸ ਮੈਂ ਪਾਈਆਂ ਆਪਣੇ ਸੋਸ਼ਲ ਮੀਡੀਆ ਤੇ ਦੇਖ ਕੇ ਬਟ ਇਜ਼ देयर ਸਮਥਿੰਗ ਥੈਟ ਆਲਵੇਸ ਸਟੇਡ ਵਿਦ ਯੂ ਕਿ ਹਾਂ ਯਾਰ ਕਿ ਜੋ ਮਰਜੀ ਹੋ ਜਾਏ ਇਦਾਂ ਇਹ ਮੇਰੇ ਅਸੂਲ ਨੇ ਥਿਸ ਇਜ਼ ਆਊਟ ਸੇ ਟਰੂ ਟੂ ਯਰਸੈlf ਬਾਕੀ ਇਹ ਕਿ ਰਾਬਤੇ ਛੱਡ ਦੋ ਜੋ ਹੋਣਾ ਉਹ ਤਾਂ ਹੋ ਕੇ ਰਹਿਣਾ ਠੀਕ ਹੈ ਜਿੰਨਾ ਮੈਂ ਸੁਣਦੀ ਵੀ ਆ ਜਿੰਨਾ ਮੈਂ ਵੀ ਆਮ ਕਮ ਅਕਰੋਸ ਆਨ ਇੰਸਟਾਗ੍ਰam ਪੇजेस ਰਾਈਟ ਕਿ ਜੋ ਤੁਹਾਡੇ ਲਈ ਕਿਸਮਤ ਤੁਹਾਡੇ ਲਈ ਖਿਆ ਉਹ ਹੋ ਕੇ ਰਹਿਣਾ ਨੋ ਮੈਟਰ ਵਾਟ ਕੋਈ ਤੁਹਾਡੇ ਕੋ ਲੈ ਨਹੀਂ 사ਦਾ ਕੋਈ ਚੇ ਨਹੀਂ 사ਦਾ ਆਪਣੀ ਮਿਹਨਤ ਕਰਦੇ ਰਹੋ ਬਾਕੀ ਸਫਲਤਾ ਤੁਹਾਨੂੰ ਰੱਬ ਤੁਹਾਨੂੰ ਦਵਾਏ ਦੇਗਾ ਕਿਸੇ ਤਰੀਕੇ ਨਾਲ ਕੰਮ ਕਰਦੇ ਰਹੋ ਹਾਂ ਕੰਮ ਕਰਦੇ ਰਹੋ ਦੈਟਸ ਇਟ ओके जेसी जी जस्ट जस्ट प्रीजी थैंक यू वेरी मच फॉर कमिंग टू द पॉडकास्ट इमिला ਦਾ ਪਹਿਲਾ ਪੋਡਕਾਸਟ ਹੈ ਯਾ ਹਾਊ ਵਾਸ ਯੋਰ ਐਕਸਪੀਰੀਅੰਸ ਕੁਝ ਜ਼ਿਆਦਾ ਤਾਂ ਨਹੀਂ ਲੱਗਾ ਕਿ ਨਹੀਂ ਕੀ ਪੁੱਛ ਲੈ ਕਿ ਕੀ ਟਾਕਿੰਗ ਮੇਰੇ ਨਾ ਬਿਲਕੁਲ ਆਲ ਲੈਵਲ ਤੇ ਤਾਂ ਕਲੌਕ ਲੱਗੀ ਹੁੰਦੀ ਹੈ ਸੋ ਇਹ ਹੁਣ ਜਿਹੜਾ ਸਾਡਾ ਪੋਡਕਾਸਟ ਬਣ ਗਿਆ ਨਾ ਦਿਸ ਇਜ਼ ਲਾਈਕ ਲਾਈਕ ਦਿਸ ਯਾ ਹਾਰਟ ਬੀਟ ਵਾਂਗੂ ਬਣਿਆ ਹੈ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਆਪਾਂ ਸੈਡ ਵੀ ਹੋਏ ਆ ਆਪਾਂ ਹੈਪੀ ਵੀ ਹੋਏ ਆ ਯਾ ਬਟ ਅਗੇਨ ਆਮ ਵੈਰੀ ਗਲੈਡ ਕਿ ਯੂ ਸ਼ੇਅਰਡ ਤੁਸੀਂ ਕਿਸੇ ਚੀਜ਼ ਨੂੰ ਐ ਨਹੀਂ ਕਿਹਾ ਕਿਉਂਕਿ ਮੈਂ ਪੋਡਕਾਸਟ ਤੋਂ ਪਹਿਲਾਂ ਵੀ ਪੁੱਛਿਆ ਸੀਗਾ ਜੈਸੀ ਜੀ ਨੂੰ ਕਿ ਮੈਨੂੰ ਕੁਝ ਜੇ ਨਹੀਂ ਪੁੱਛਣਾ ਤੇ ਦੱਸ ਦਿਓ ਜੈਸੀ ਜੀ ਕਹਿੰਦੇ ਆਮ ਐਨ ਓਪਨ ਬੁੱਕ ਜੋ ਮਰਜ਼ੀ ਪੁੱਛੋ ਹੁਣ ਇਦਾਂ ਦਾ ਕੋਈ ਡਰ ਨਹੀਂ ਹੈਗਾ ਹੂੰ ਲੈ ਕੇ ਡਰ ਡਰ ਕੋ ਖਤਮ ਹੋ ਗਿਆ ਬਹੁਤ ਬਹੁਤ ਹਾਂ ਜੀ ਟਾਈਮ ਤੁਹਾਨੂੰ ਜ਼ਿੰਦਗੀ ਸਿਖਾ ਦਿੰਦੀ ਹੈ ਸਿਖਾ ਦਿੰਦੀ ਹੈ ਯੈਸ ਓਕੇ ਥੈਂਕ ਯੂ ਵੈਰੀ ਮੱਚ ਫਾਰ ਕਮਿੰਗ ਜੈਸੀ ਥੈਂਕਸ ਥੈਂਕ ਯੂ ਥੈਂਕ ਯੂ ਹਾਂਜੀ एवरीबॉडी ਹਾਊ ਡਿਡ ਯੂ ਲਾਈਕ ਦ ਪੋਡਕਾਸਟ ਦੇਖੋ ਮੈਨੂੰ ਤਾਂ ਲੱਗਾ ਸੀਗਾ ਕਿ ਆਪਾਂ ਸਿਰਫ ਮੇਕਅਪ ਬਾਰੇ ਗਲੈਮਰ ਬਾਰੇ ਗੱਲਾਂ ਕਰਾਂਗੇ ਬਟ ਵੈਨ ਆਈ ਸਪੋਕ ਟੂ ਜੈਸੀ ਸ਼ੀ ਹੈਡ ਸੋ ਮਚ ਟੂ ਸੇ ਹਰ ਅਪਸ ਐਂਡ ਡਾਊਨਸ ਤੇ ਮੈਨੂੰ ਲੱਗਾ ਕਾਫੀ ਜਿਹੜੇ ਆਪਣੀਆਂ ਮਾਵਾ ਭੈਣਾਂ ਨੇ ਉਹਨਾਂ ਉਸ ਚੀਜ਼ ਨਾਲ ਰਿਲੇਟ ਕਰ ਸਕਦੀਆਂ ਨੇ ਸੋ ਆਈ ਹਾਈਲੀ ਰეკਮੈਂਡ ਟੂ ਵਾਚ ਦਿਸ ਪੋਡਕਾਸਟ ਜੇ ਤੁਸੀਂ ਨਹੀਂ ਦੇਖਿਆ ਹੋਇਆ ਤੇ ਪਲੀਜ਼ ਇਹਨੂੰ ਦੇਖੋ ਤੇ ਕੀਪ ਲਵਿੰਗ ਗਰੋਇੰਗ ਵਿਦ ਅਰਜਨ ਐਂਡ ਆਈ ਲਵ ਯੂ ਆਲ ਥੈਂਕ ਯੂ